ਸੋ ਅੱਜ ਦਾ ਆਪਾਂ ਸੈਸ਼ਨ ਸ਼ੁਰੂ ਕਰਦੇ ਹਾਂ। ਅੱਜ ਦੇ ਜੋ ਆਪਣੇ ਮੁੱਖ ਮਹਿਮਾਨ ਨੇ ਪ੍ਰਿੰਸੀਪਲ ਸਰਦਾਰ ਸੰਤੋਖ ਸਿੰਘ ਜੀ ਗਿੱਲ, ਪ੍ਰੈਜ਼ੀਡੈਂਟ ਅਲੂਮਨੀ ਐਸੋਸੀਏਸ਼ਨ ਜੀ ਹੈ ਜੀ, ਖਾਲਸਾ ਕਾਲਜ ਆਫ ਐਜੂਕੇਸ਼ਨ ਪ੍ਰੋਫੈਸਰ ਸਰਦਾਰ। ਸਰ, ਮੈਂ ਤੁਹਾਨੂੰ ਇਸ ਪ੍ਰੋਗਰਾਮ ਬਾਰੇ ਦੱਸਦਿਆਂ ਕਿ ਜੋ ਇਹ ਆਪਣਾ ਪ੍ਰੋਗਰਾਮ ਹੈਗਾ ਫੋਰ ਸਕਿੱਲ ਐਨਹਾਂਸਮੈਂਟ, ਇਹ ਪ੍ਰੋਗਰਾਮ ਸਮੁੱਚੀ GHG ਖਾਲਸਾ ਕਾਲਜ ਆਫ ਐਜੂਕੇਸ਼ਨ ਪ੍ਰੋਫੈਸਰ ਸਰਦਾਰ ਦੀ ਟੀਮ ਔਰ ਇਹਦੇ ਸਹਿਯੋਗ ਨਾਲ ਅਲੂਮਨੀ ਐਸੋਸੀਏਸ਼ਨ GHG ਖਾਲਸਾ ਕਾਲਜ ਆਫ ਐਜੂਕੇਸ਼ਨ ਪ੍ਰੋਫੈਸਰ ਸਰਦਾਰ ਦੇ ਸਹਿਯੋਗ ਨਾਲ ਮਾਰਚ 15 ਤੋਂ ਲੈ ਕੇ 30 ਤੱਕ ਸਕਿੱਲ ਇਨਹਾਂਸਮੈਂਟ ਪ੍ਰੋਗਰਾਮ ਚਲਾਇਆ ਜਾ ਰਿਹਾ। ਇਹ ਪੂਰੇ 15 ਦਿਨ ਦਾ ਪ੍ਰੋਗਰਾਮ ਹੋਏਗਾ। ਇਸ ਦੇ ਵਿੱਚ ਕੀ ਆ ਕਿ ਜਦੋਂ ਹੁਣ ਵਿਦਿਆਰਥੀਆਂ ਨੇ ਟੀਚਿੰਗ ਪ੍ਰੈਕਟਿਸ ਤੇ ਜਾਣਾ, ਇੰਟਰਨਸ਼ਿਪ ਪ੍ਰੋਗਰਾਮ ਤੇ ਜਾਣਾ, ਤਾਂ ਉਸ ਤੋਂ ਪਹਿਲਾਂ 2 ਹਫ਼ਤੇ ਦਾ ਪ੍ਰੋਗਰਾਮ ਯੂਨੀਵਰਸਿਟੀ ਵੱਲੋਂ ਹੀ ਉਲੀਕਿਆ ਗਿਆ ਸੀ। ਜਦੋਂ ਇਹ ਸਲਾਹ ਕੀਤੀ, ਤੁਸੀਂ ਵੀ ਉਹਦੇ ਵਿੱਚ ਸੀ ਕਮੇਟੀ ਦੇ ਵਿੱਚ, ਕਿ ਆਪਾਂ ਕੁਛ ਨਾ ਕੁਛ ਵਿਦਿਆਰਥੀਆਂ ਨੂੰ ਐਸਾ ਕਰਵਾਈਏ, ਤਾਂ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਆਪਣੇ ਪੁਰਾਣੇ ਵਿਦਿਆਰਥੀ ਨੇ, ਕਿਉਂ ਨਾ ਉਹਨਾਂ ਤੋਂ ਹੀ ਸ਼ੁਰੂਆਤ ਕੀਤੀ ਜਾਵੇ ਤੇ ਉਹੀ ਇਹਦੇ ਬਾਰੇ ਦੱਸਣ, ਤਾਂ ਬੜਾ ਅੱਛਾ ਲੱਗਿਆ। ਮੈਂ ਸਭ ਤੋਂ ਪਹਿਲਾਂ ਸਰਦਾਰ ਸੰਤੋਖ ਸਿੰਘ ਜੀ ਗਿੱਲ ਬਾਰੇ ਦੱਸਣਾ ਚਾਹੁੰਦਾ ਕਿ ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਬੇਟਾ ਕਿ ਸਰ ਜਿਹੜੇ ਨੇ, ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਆਪਣੀ ਜੋ ਅਲੂਮਨੀ ਐਸੋਸੀਏਸ਼ਨ ਜਿਹਦੇ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਉਹਦੇ ਪ੍ਰੈਜ਼ੀਡੈਂਟ ਨੇ, ਔਰ ਇਹ ਜਿਹੜੀ ਐਸੋਸੀਏਸ਼ਨ ਆ ਰਜਿਸਟਰਡ ਐਸੋਸੀਏਸ਼ਨ ਆ, ਔਰ ਸਰ ਬੜੇ ਐਕਟਿਵ ਨੇ ਐਸੋਸੀਏਸ਼ਨ ਦੇ ਸੰਬੰਧ ਦੇ ਵਿੱਚ ਕਹਿ ਲਈਏ, ਔਰ ਬਹੁਤ ਸਾਰੇ ਵਿਦਿਆਰਥੀ ਸਰ ਨੂੰ ਜਾਣਦੇ ਵੀ ਹੋਣਗੇ, ਕਿਉਂਕਿ ਵੱਖ ਵੱਖ ਸਮੇਂ ਤੇ ਜਦੋਂ ਕੋਈ ਵੀ ਕਿਸੇ ਵਿਦਿਆਰਥੀ ਨੂੰ ਲੱਗਦਾ ਕਿ ਕੋਈ ਕੋਈ ਨੀਡੀ ਸਟੂਡੈਂਟ ਆ ਜਾਂ ਉਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ, ਤੇ ਸਰ ਹਰੇਕ ਸਾਲ ਸਾਨੂੰ ਐਡਮਿਸ਼ਨ ਦੇ ਟਾਈਮ ਤੇ ਵੀ ਫੋਨ ਕਰਕੇ ਪੁੱਛ ਜਾਂਦੇ ਨੇ ਕਿ ਪ੍ਰੋਫੈਸਰ ਸਾਹਿਬ ਜਿਵੇਂ ਵੀ ਹੋਏਗਾ ਸਾਨੂੰ ਤੁਸੀਂ ਜ਼ਰੂਰ ਦੱਸਣਾ, ਸਾਨੂੰ ਨਾਲ ਲੈ ਕੇ ਚੱਲਣਾ। ਔਰ ਹਰ ਸਾਲ 1-2 ਵਿਦਿਆਰਥੀ ਜਿਹੜੀ ਸਾਡੀ ਅਲੂਮਨੀ ਐਸੋਸੀਏਸ਼ਨ ਆ ਉਹ ਅਡੋਪਟ ਵੀ ਕਰਦੀ ਆ, ਤੋ ਇਹ ਬੜੀ ਮਾਣ ਵਾਲੀ ਗੱਲ ਆ ਸਾਡੀ ਅਲੂਮਨੀ ਐਸੋਸੀਏਸ਼ਨ ਵਾਸਤੇ ਕਿ ਇੰਨੀ ਸਟਰੋਂਗ ਸਾਡੀ ਅਲੂਮਨੀ ਐਸੋਸੀਏਸ਼ਨ ਆ। ਸਰਦਾਰ ਸੰਤੋਖ ਸਿੰਘ ਜੀ ਗਿੱਲ ਆਪਣੇ ਹੀ ਕਾਲਜ ਦੇ 95-96 ਦੇ ਵਿਦਿਆਰਥੀ ਨੇ। ਸਰ, ਮੈਂ ਸਹੀ ਕਹਿ ਰਿਹਾ ਕਿ 96 ਦੇ ਪਾਸ ਆਊਟ ਹੋ ਤੁਸੀਂ? ਨਹੀਂ, 88-89। ਓਕੇ, ਫਿਰ ਮੇਰੇ ਰਿਕਾਰਡ ਵਿੱਚ 88-89 ਜੀ। ਸਰ, 88-89 ਜੀ ਜੀ 89 ਦੇ ਪਾਸ ਆਊਟ ਵਿਦਿਆਰਥੀ ਨੇ। ਔਰ ਮਾਣ ਵਾਲੀ ਗੱਲ ਇਹ ਆ ਕਿ ਸਰ ਨੂੰ ਟੀਚਿੰਗ ਦੇ ਸੰਬੰਧ ਦੇ ਵਿੱਚ ਨੈਸ਼ਨਲ ਅਵਾਰਡ ਮਿਲ ਚੁੱਕਿਆ, ਔਰ ਇੱਕ ਨੈਸ਼ਨਲ ਅਵਾਰਡ ਮਿਲਣਾ ਇਹ ਕੋਈ ਸੌਖੀ ਗੱਲ ਨਹੀਂ ਹੁੰਦੀ। ਬਹੁਤ ਸਾਰੇ ਟੀਚਰ ਟੀਚ ਕਰਦੇ ਨੇ ਪਰ ਸਰ ਮਤਲਬ ਡਿਜ਼ਰਵ ਕਰਦੇ ਨੇ, ਜਦੋਂ ਤੁਸੀਂ ਸਰ ਦੀਆਂ ਗੱਲਾਂ ਸੁਣੋਗੇ ਤੁਹਾਨੂੰ ਪਤਾ ਲੱਗ ਜਾਏਗਾ। ਔਰ ਮੈਂ ਲੰਬਾ ਸਮਾਂ ਦੇਖਿਆ ਕਿ ਸਰ ਨੂੰ ਸਰ ਜਿਹੜਾ ਆਪਣੇ DO ਆਫਿਸ ਦੇ ਵਿੱਚ ਜ਼ਿਆਦਾਤਰ ਆਪਾਂ ਨੂੰ ਮਿਲਦੇ ਸੀ। ਸਰ ਨੇ ਬੜਾ ਲੰਬਾ ਸਮਾਂ ਡਿਸਟ੍ਰਿਕਟ ਸਾਇੰਸ ਸੁਪਰਵਾਈਜ਼ਰ ਲੁਧਿਆਣਾ ਦੇ ਤੌਰ ਤੇ ਵੀ ਕੰਮ ਕੀਤਾ, ਔਰ ਉਸ ਤੋਂ ਬਾਅਦ ਗਾਈਡੈਂਸ ਕੌਂਸਲਰ ਦੇ ਤੌਰ ਤੇ ਵੀ ਸਰ ਨੇ ਕੰਮ ਕੀਤਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ। ਸਰ ਨੇ ਵੱਖ ਵੱਖ ਭੂਮਿਕਾਵਾਂ ਨਿਭਾਈਆਂ ਨੇ, ਔਰ ਸਰ ਨੇ ਉਸ ਤੋਂ ਪਹਿਲਾਂ ਦਾ ਸਮਾਂ ਜਿਹੜਾ ਐਜ਼ ਏ ਪ੍ਰਿੰਸੀਪਲ ਬਤੌਰ ਪ੍ਰਿੰਸੀਪਲ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਦੱਦਾਹੌਰ ਦੇ ਵਿੱਚ ਕੰਮ ਕੀਤਾ। ਔਰ ਤੁਸੀਂ ਇੱਕ ਵਾਰ ਸਕੂਲ ਦੀ ਵਿਜ਼ਿਟ ਜ਼ਰੂਰ ਕਰਿਓ, ਤੁਹਾਨੂੰ ਪਤਾ ਲੱਗ ਜਾਏਗਾ। ਸਰਕਾਰ ਹੁਣ ਕਹਿ ਰਹੀ ਹੈ ਕਿ ਆਪਣੇ ਸਕੂਲ ਸਮਾਰਟ ਸਕੂਲ ਨੇ ਇਹ ਸਾਰਾ ਕੁਛ, ਪਰ ਸਰ ਨੇ ਬਹੁਤ, ਜੇ ਆਪਾਂ ਕਹਿ ਲਈਏ ਵੀ ਅੱਜ ਤੋਂ 15 ਸਾਲ ਪਹਿਲਾਂ ਹੀ ਇਹ ਸਾਰਾ ਕੁਛ ਉਸ ਸਕੂਲ ਦੇ ਵਿੱਚ ਕਰ ਦਿੱਤਾ ਸੀ, ਔਰ ਉੱਥੇ ਦੇ ਵਿਦਿਆਰਥੀ ਬੜੇ ਅੱਛੇ ਵਿਦਿਆਰਥੀ ਨੇ, ਬੜੀਆਂ ਅੱਛੀਆਂ ਉਹਨਾਂ ਦੀਆਂ ਪੋਜੀਸ਼ਨਾਂ ਆਉਂਦੀਆਂ ਨੇ। ਮਤਲਬ ਮੈਂ ਕੀ ਕੀ ਦੱਸਾਂ ਕਿ ਸਰ ਮਤਲਬ ਗੁਣਾਂ ਦੀ ਗੁੱਥਲੀ ਨੇ, ਤੇ ਐਡਮਿਨਿਸਟ੍ਰੇਸ਼ਨ ਪੁਆਇੰਟ ਆਫ ਵਿਊ ਤੋਂ ਵੀ, ਟੀਚਿੰਗ ਪੁਆਇੰਟ ਆਫ ਵਿਊ ਤੋਂ ਵੀ। ਔਰ ਮੈਂ ਜ਼ਿਆਦਾ ਲੰਬਾ ਸਮਾਂ ਤੁਹਾਡੇ ਵਿੱਚ ਔਰ ਸੰਤੋਖ ਸਰ ਦੇ ਵਿੱਚ ਨਹੀਂ ਲਵਾਂਗਾ, ਤੇ ਮੈਂ ਸਰ ਨੂੰ ਗੁਜ਼ਾਰਿਸ਼ ਕਰਦਾ ਕਿ ਸਰ ਇੱਕ ਵਾਰ ਜਿਉ ਆਇਆ ਤੇ ਤੁਸੀਂ ਆਪਣੇ ਜਿਹੜੇ ਵਡਮੁੱਲੇ ਵਿਚਾਰ ਆ ਉਹ ਸਾਡੇ ਵਿਦਿਆਰਥੀਆਂ ਨੂੰ ਜ਼ਰੂਰ ਦਿਓ। ਅਗਰ ਸਰ ਤੁਸੀਂ ਕੋਈ ਪ੍ਰੈਜੈਂਟੇਸ਼ਨ ਵਗੈਰਾ ਤੁਹਾਡੇ ਕੋਲੇ ਹੈ ਤਾਂ ਮੈਂ ਆਪਣੀ ਪ੍ਰੈਜੈਂਟੇਸ਼ਨ ਸਟਾਪ ਕਰ ਦਿੰਦਾ, ਤੁਸੀਂ ਸ਼ੇਅਰ ਕਰ ਲਿਓ। ਅਗਰ ਤੁਸੀਂ ਵੀਡੀਓ ਕੈਮਰਾ ਔਨ ਕਰਕੇ ਹੀ ਪ੍ਰੈਜੈਂਟ ਕਰਨਾ ਤਾਂ ਉਹ ਵੀ ਠੀਕ ਹੈ, ਤੇ ਅਗਰ ਕੋਈ ਪ੍ਰੋਬਲਮ ਆਏਗੀ ਤਾਂ ਤੁਸੀਂ ਕੱਲੀ ਆਡੀਓ ਨਾਲ ਵੀ ਕਰ ਸਕਦੇ ਹੋ, ਜਿੱਦਾਂ ਤੁਹਾਨੂੰ ਠੀਕ ਲੱਗੇ। ਸਰ, ਬਹੁਤ ਬਹੁਤ ਧੰਨਵਾਦ ਰਸ਼ਪਾਲ ਜੀ, ਬਹੁਤ ਵਧੀਆ
ਸ਼ਬਦਾਂ ਦੇ ਨਾਲ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੇ ਬੱਚੇ ਇਹਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਅੱਜ ਦੇ ਇਸ ਸਕਿੱਲ ਇਨਹਾਂਸਮੈਂਟ ਪ੍ਰੋਗਰਾਮ ਦੇ ਵਿੱਚ ਬਹੁਤ ਵਧੀਆ ਬਹੁਤ ਮਾਣ ਵਾਲੀ ਗੱਲ ਹੈ ਜਿੱਥੇ ਅਸੀਂ ਕਰੋਨਾ ਕਾਲ ਦੇ ਵਿੱਚ ਕਰੋਨਾ ਨੂੰ ਉਲਾਂਭਾ ਦਿੰਦੇ ਹਾਂ ਉੱਥੇ ਕਰੋਨਾ ਵਧਾਈ ਦਾ ਪਾਤਰ ਵੀ ਹੈ ਕਿ ਜਿਸਨੇ ਸਾਨੂੰ ਮੌਜੂਦਾ ਸਮੇਂ ਦੀ ਜੋ ਸੰਚਾਰ ਪ੍ਰਣਾਲੀ ਹੈ ਕਮਿਊਨੀਕੇਸ਼ਨ ਦੀ ਜੋ ਵੇ ਹੈ ਉਹਦੇ ਵਿੱਚ ਇੱਕ ਦੂਜੇ ਨਾਲ ਜੋੜ ਕੇ ਤੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਜੋ ਅਸੀਂ ਫੇਸ ਟੂ ਫੇਸ ਸ਼ਾਇਦ ਨਾ ਕਰ ਸਕਦੇ ਹੋਈਏ ਤਾਂ ਅਸੀਂ ਇਸ ਮਾਧਿਅਮ ਦੇ ਰਾਹੀਂ ਵੈਬ ਮੀਟਿੰਗਸ ਦੇ ਰਾਹੀਂ ਵੈਬੀਨਾਰਸ ਦੇ ਰਾਹੀਂ ਇੱਕ ਦੂਸਰੇ ਨਾਲ ਕਰ ਲੈਂਦੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਸਾਰੇ ਵਿਦਿਆਰਥੀਆਂ ਨੂੰ ਤੇ ਅਧਿਆਪਕ ਸਾਹਿਬਾਨਾਂ ਨੂੰ ਬਹੁਤ ਬਹੁਤ ਇਸ ਗੱਲ ਦੀ ਮੁਬਾਰਕਬਾਦ ਹੈ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਬਰੋਸੋਈ ਹੋਈ ਇਸ ਧਰਤੀ ਦੇ ਉੱਤੇ ਸਾਡੇ ਅਧਿਆਪਕ ਸਾਹਿਬਾਨ ਬੱਚਿਆਂ ਨੂੰ ਪੜ੍ਹਾ ਰਹੇ ਨੇ ਤੇ ਬੱਚੇ ਇਸ ਇੰਸਟੀਚਿਊਟ ਤੋਂ ਸਿੱਖਿਆ ਹਾਸਲ ਕਰ ਰਹੇ ਨੇ ਸੋ ਜਿੱਦਾਂ ਆਮ ਹੁੰਦਾ ਹੈ ਕਿ ਜਦੋਂ ਇਨਸਾਨ ਇਸ ਇੰਸਟੀਚਿਊਟ ਦੇ ਵਿੱਚ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਉਸਨੂੰ ਹੁੰਦਾ ਹੈ ਕਿ ਪਤਾ ਨਹੀਂ ਇੰਸਟੀਚਿਊਟ ਦੇ ਵਿੱਚ ਆ ਕੇ ਕਿਸ ਤਰ੍ਹਾਂ ਮਾਹੌਲ ਹੋਏਗਾ ਕਿਉਂਕਿ ਮੋਸਟਲੀ ਜਿਹੜੇ ਬੱਚੇ ਨੇ ਉਹ ਇਕੱਲੇ ਇਕੱਲੇ ਜਾਂ ਦੋ ਦੇ ਗਰੁੱਪ ਜਾਂ ਤਿੰਨ ਦੇ ਗਰੁੱਪ 'ਚ ਮੈਕਸੀਮਮ ਹੁੰਦੇ ਨੇ ਜਿਹੜੇ ਆਉਂਦੇ ਨੇ ਬਹੁਤੇ ਇੰਸਟੀਚਿਊਟਸ ਦੇ ਵਿੱਚ ਤਾਂ ਇੰਜ ਹੁੰਦਾ ਹੈ ਕਿ ਪੂਰੇ ਦੀ ਪੂਰੀ ਕਲਾਸ ਜਿਹੜੀ ਆ ਉਹ ਦੂਜੇ ਇੰਸਟੀਚਿਊਟ ਦੇ ਵਿੱਚ ਐਡਮਿਸ਼ਨ ਲੈ ਲੈਂਦੀ ਆ ਤੇ ਐਡਮਿਸ਼ਨ ਲੈਣ ਕਰਕੇ ਉਹ ਬੱਚੇ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ਪਰ ਜਿਹੜੀਆਂ ਸਾਡੀਆਂ ਇਹ ਬੀਐਡ ਸੰਸਥਾਵਾਂ ਨੇ ਇੱਥੇ ਬੱਚੇ ਜਦੋਂ ਨਵੇਂ ਆਉਂਦੇ ਆ ਤਾਂ ਸਾਰੇ ਹੀ ਬੱਚੇ ਇੱਕ ਦੂਸਰੇ ਲਈ ਨਵੇਂ ਹੁੰਦੇ ਨੇ ਇੱਕ ਦੂਸਰੇ ਦੀ ਨੂੰ ਪਛਾਣਦੇ ਨੇ ਪਛਾਣਦੇ ਨੇ ਪਹਿਲਾਂ ਫਿਰ ਇੱਕ ਦੂਸਰੇ ਨਾਲ ਗੱਲ ਕਰਦੇ ਨੇ ਸੋ ਮੇਰੀ ਆਵਾਜ਼ ਜਿੱਥੇ ਕਿਤੇ ਰਿਸ਼ਪਾਲ ਜੀ ਡਿਸਕੰਟੀਨਿਊ ਹੋਈ ਦੱਸ ਦਿਓ ਮੈਨੂੰ ਵਿੱਚੋਂ ਨਹੀਂ ਸਰ ਫਿਲਹਾਲ ਬਹੁਤ ਵਧੀਆ ਆ ਰਹੀ ਹੈ ਜੀ ਜਿੱਥੇ ਹੋਈ ਮੈਂ ਜ਼ਰੂਰ ਦੱਸ ਜੀ ਹਾਂ ਸੋ ਅੱਜ ਦੇ ਸਮੇਂ ਦੀ ਜੇ ਮੈਂ 88-89 ਤੋਂ ਲੈ ਕੇ ਹੁਣ ਤੱਕ ਦੇ ਸਮੇਂ ਦੀ ਗੱਲ ਕਰਾਂ ਤਾਂ ਬਹੁਤ ਕੁਛ ਬਦਲਿਆ ਕਿਉਂਕਿ ਉਸ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਕਮਿਊਨੀਕੇਸ਼ਨ ਦੇ ਕੋਈ ਸਾਧਨ ਨਹੀਂ ਸੀ ਹੁੰਦੇ ਜੋ ਵੀ ਗੱਲ ਹੁੰਦੀ ਸੀ ਸਾਰੀ ਕਾਲਜ ਦੇ ਵਿੱਚ ਆ ਕੇ ਅਧਿਆਪਕ ਸਾਹਿਬਾਨਾਂ ਨੂੰ ਮਿਲ ਕੇ ਉਹਨਾਂ ਦੇ ਕੋਲ ਬੈਠ ਕੇ ਤੇ ਉਸ ਤੋਂ ਬਾਅਦ ਕਲੀਅਰ ਹੁੰਦੀ ਸੀ ਤੇ ਹੁਣ ਦਾ ਸਮਾਂ ਜਿਹੜਾ ਹੈ ਅਸੀਂ ਜੇ ਮੈਂ ਗਲਤ ਨਾ ਕਹਾਂ ਤਾਂ ਅਸੀਂ 24 hours ਜਿਹੜੇ ਹੈ 24x7 hours ਅਸੀਂ ਔਨਲਾਈਨ ਹੈ ਇੱਕ ਤਰ੍ਹਾਂ ਦੇ ਕਦੇ ਵੀ ਅਸੀਂ ਕਿਸੇ ਵੀ ਮੀਡੀਆ ਦੇ ਰਾਹੀਂ ਅਸੀਂ ਆਡੀਓ ਗੱਲ ਕਰ ਸਕਦੇ ਹਾਂ ਵੀਡੀਓ ਗੱਲ ਕਰ ਸਕਦੇ ਹਾਂ ਚੈਟਿੰਗ ਨਾਲ ਗੱਲ ਕਰ ਸਕਦੇ ਹਾਂ ਆਪਣਾ ਮੈਸੇਜ ਛੱਡ ਸਕਦੇ ਹਾਂ ਉਸ ਮੈਸੇਜ ਦਾ ਜਵਾਬ ਜਿਹੜਾ ਹੈ ਜਦੋਂ ਜਿਨ੍ਹਾਂ ਤੋਂ ਅਸੀਂ ਜਵਾਬ ਚਾਹੁੰਦੇ ਹਾਂ ਉਹ ਮਿਲ ਜਾਂਦਾ ਹੈ ਸੋ ਕਹਿਣ ਤੋਂ ਭਾਵ ਹੈ ਕਿ ਜਿਹੜੀ ਸਿੱਖਿਆ ਹੈ ਜੋ ਸਿੱਖਣ ਦੀ ਚਾਲ ਹੈ ਉਹ ਬੜੀ ਤੇਜ਼ ਹੋ ਗਈ ਹੈ ਜੋ ਸਾਡੇ ਮਨ ਦੀ ਕੋਈ ਕੁਐਰੀ ਹੁੰਦੀ ਹੈ ਉਹ ਬਹੁਤ ਇਮੀਡੀਏਟ ਉਸਦਾ ਸਾਨੂੰ ਜਿਹੜਾ ਹੱਲ ਉਹ ਮਿਲ ਜਾਂਦਾ ਸੋ ਰਹੀ ਗੱਲ ਹੁਣ ਸਾਡੇ ਬੱਚਿਆਂ ਦੀ ਜਿਹੜੇ ਬੱਚੇ ਵੱਖ ਵੱਖ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਉਹਨਾਂ ਦੀ ਟੀਚਿੰਗ ਪ੍ਰੈਕਟਿਸ ਲੱਗਣੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਜਾ ਕੇ ਆਪਣਾ ਰੋਲ ਅਦਾ ਕਰਨ ਮੈਂ ਸੋਚ ਰਿਹਾ ਸੀ ਬੈਠਾ ਕਿ ਜਿੰਨੇ ਬੱਚੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਨੇ ਉਹਨਾਂ ਸਾਰਿਆਂ ਨੂੰ ਮਿਨੀਮਮ 3-4 years ਤਾਂ ਮਿਨੀਮਮ ਹੋ ਹੀ ਗਏ ਨੇ ਕਿਸੇ ਨੂੰ 5 ਹੋ ਗਏ ਹੋਣੇ ਆ ਜੇ ਕਿਸੇ ਨੇ ਪੋਸਟ ਗ੍ਰੈਜੂਏਸ਼ਨ ਕਰਕੇ ਬੀਐਡ ਕਰ ਰਿਹਾ ਤਾਂ ਉਹਨੂੰ 6 ਵੀ ਹੋ ਗਏ ਹੋਣੇ ਆ ਆਪਣੀ ਸਕੂਲ ਲਾਈਫ ਛੱਡਿਆ ਨੂੰ ਤੇ ਉਹ 5-6 years ਦੇ ਦੌਰਾਨ ਬੜਾ ਕੁਛ ਬਦਲਿਆ ਪਰ ਇੱਕ ਚੀਜ਼ ਨਹੀਂ ਬਦਲੀ ਜਿਹੜੇ ਅਧਿਆਪਕ ਸਾਹਿਬਾਨਾਂ ਨੇ ਉਸ ਸਮੇਂ ਉਹਨਾਂ ਨੂੰ ਸਿੱਖਿਆ ਦਿੱਤੀ ਉਹ ਅੱਜ ਵੀ ਉਹਨਾਂ ਦੇ ਮਨਾਂ ਦੇ ਵਿੱਚ ਵਸੇ ਹੋਏ ਨੇ ਤੇ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ ਮੈਂ ਜੇ ਸਕੂਲਾਂ ਦੀ ਗੱਲ ਕਰਾਂ ਸਕੂਲਾਂ ਦੇ ਵਿੱਚ ਵੀ ਬਹੁਤ ਕੁਛ ਬਦਲਿਆ ਕੋਈ ਸਮਾਂ ਸੀਗਾ ਕਿ ਅਸੀਂ ਆਮ
ਲਫ਼ਜ਼ ਅੱਜ ਵੀ ਵਰਤਦੇ ਆ ਬਲੈਕ ਬੋਰਡ। ਬਲੈਕ ਕਲਰ ਦਾ ਬੋਰਡ ਹੁੰਦਾ ਸੀ, ਚਾਹੇ ਉਹ ਕੰਧ ਦੇ ਉੱਤੇ ਪਲਾਸਟਰ ਕੀਤਾ ਹੁੰਦਾ ਸੀ ਤੇ ਚਾਹੇ ਉਹ ਲੱਕੜ ਦੇ ਫੱਟਿਆਂ ਦਾ ਬਣਿਆ ਹੁੰਦਾ ਸੀ। ਅਸੀਂ ਅੱਜ ਵੀ ਉਸ ਦੇ ਉੱਤੇ ਚਿੱਟੇ ਚਾਕ ਨਾਲ ਲਿਖਣ ਦੀ ਗੱਲ ਆਪਣੇ ਮਨ ਦੇ ਵਿੱਚ ਜ਼ਿਹਨ ਦੇ ਵਿੱਚ ਲੈ ਕੇ ਆਉਂਦੇ ਹਾਂ, ਪਰ ਸਮੇਂ ਦੇ ਬਦਲਣ ਦੇ ਨਾਲ ਉਹ ਬਲੈਕ ਬੋਰਡ ਗ੍ਰੀਨ ਬੋਰਡ ਹੋਇਆ, ਗ੍ਰੀਨ ਬੋਰਡ ਤੋਂ ਉਹ ਬਲੈਕ ਬੋਰਡ ਹੁਣ ਵਾਈਟ ਬੋਰਡ ਦੇ ਵਿੱਚ ਬਦਲ ਗਿਆ। ਮਾਰਕਰ ਨਾਲ ਲਿਖਣ ਦੀ ਥਾਂ ਦੇ ਉੱਤੇ ਹੁਣ ਨਵੀਆਂ ਟੈਕਨੀਕਸ ਆ ਗਈਆਂ, ਪ੍ਰੋਜੈਕਟਰਸ ਦੀਆਂ ਟੈਕਨੀਕ ਆਈਆਂ, ਜਿਹਦੇ ਨਾਲ ਬਹੁਤ ਕੁਛ ਬਦਲਿਆ। ਤੇ ਸਾਡੇ ਬੱਚੇ, ਕੁਝ ਬੱਚੇ ਅਜਿਹੇ ਜ਼ਰੂਰ ਹੋਣਗੇ ਜਿਹੜੀਆਂ ਇਹਨਾਂ ਨਵੀਆਂ ਕਾਢਾਂ ਦੇ ਰਾਹੀਂ ਪੜ੍ਹ ਕੇ ਅੱਜ ਸਾਡੀ ਖੂਬਸੂਰਤ ਸੰਸਥਾ GSG ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਵਿਹੜੇ ਵਿੱਚੋਂ ਸਿੱਖਿਆ ਲੈ ਰਹੇ ਨੇ। ਸੋ ਇਹ ਬਹੁਤ ਵੱਡੀ ਚੇਂਜ ਹੈ। ਸੋ ਸਮੇਂ ਦੇ ਬਦਲਾਅ ਦੇ ਨਾਲ ਅੱਜ ਦੇ ਅਗਰ ਇੰਸਟੀਚਿਊਟਸ ਦੀ ਅਸੀਂ ਗੱਲ ਕਰੀਏ, ਖਾਸ ਕਰਕੇ ਸਕੂਲਾਂ ਦੀ ਗੱਲ ਕਰੀਏ, ਤਾਂ ਬਹੁਤ ਬਦਲਾਅ ਆਇਆ। ਇਹ ਸਾਰਾ ਕੁਛ ਨਵੀਆਂ ਟੈਕਨੀਕਸ, ਨਵੇਂ ਪ੍ਰੋਜੈਕਟਰਸ, ਨਵਾਂ ਮੀਡੀਆ ਬੱਚਿਆਂ ਨੂੰ ਦੇਣ ਨੂੰ ਮਿਲਿਆ, ਤੇ ਬੱਚੇ ਸਾਡੇ ਜੋ ਸਕੂਲਾਂ ਦੇ ਵਿੱਚ ਪੜ੍ਹ ਰਹੇ ਨੇ ਉਹ ਕਰ ਵੀ ਰਹੇ। ਮੈਂ ਆਪਣੇ ਇਹਨਾਂ ਸਿਖਿਆਰਥੀ ਅਧਿਆਪਕਾਂ ਨੂੰ ਕੁਝ ਗੱਲਾਂ ਇਹਨਾਂ ਨਾਲ ਅਜਿਹੀਆਂ ਸਾਂਝੀਆਂ ਕਰਨਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਸਕੂਲਾਂ ਦੇ ਵਿੱਚ ਜਾਣਾ ਹੈ ਤਾਂ ਮੈਂ ਆਪਣੇ ਤਜਰਬੇ ਦੇ ਵਿੱਚੋਂ ਬੱਚੇ ਦੇਖਿਆ ਹੈ ਕਿ 5-7 ਦਿਨ ਬੱਚਿਆਂ ਦੇ, ਪਹਿਲਾਂ ਕਿਉਂਕਿ ਟੀਚਿੰਗ ਪ੍ਰੈਕਟਿਸ 15 ਕੁ ਦਿਨ ਦੀ ਲੱਗਦੀ ਸੀ, 15-15 ਦਿਨਾਂ ਦੀ, ਹੁਣ ਥੋੜ੍ਹੀ ਲੰਬੀ ਹੈ, 4-5 ਦਿਨ ਤਾਂ ਬੱਚਿਆਂ ਦੇ ਸਟਾਫ ਦੇ ਨਾਲ ਮਿਕਸਅਪ ਹੋਣ ਜਾਂ ਬੱਚਿਆਂ ਦੇ ਨਾਲ ਮਿਕਸਅਪ ਹੋਣ ਦੇ ਵਿੱਚ ਹੀ ਲੰਘ ਜਾਂਦੇ, ਜਿਸ ਕਰਕੇ ਬੱਚੇ ਸੰਗਦੇ ਨੇ। ਇੱਕ ਤਾਂ ਸੰਗ ਜ਼ਰੂਰੀ ਹੈ ਕਿਉਂਕਿ ਬੱਚਾ ਨਵੇਂ ਇੰਸਟੀਚਿਊਟ ਦੇ ਵਿੱਚ ਜਾਂਦਾ ਹੈ, ਪਰ ਬੱਚੋ ਜਿਸ ਤਰ੍ਹਾਂ ਅੱਜ ਕੱਲ੍ਹ ਦਾ ਸਮਾਂ ਹੈ, ਜਾਂਦਿਆਂ ਸਾਰ ਆਪਣਾ ਮੈਕਸੀਮਮ ਜਿਹੜਾ ਟਾਈਮ ਹੈ ਸਕੂਲ ਦਾ 6 ਘੰਟੇ ਦਾ, ਉਸਨੂੰ ਮੈਕਸੀਮਮ ਯੂਜ਼ ਕਰੋ ਜਿੰਨਾ ਤੁਸੀਂ ਯੂਜ਼ ਕਰ ਸਕਦੇ ਹੋ। ਮੈਂ ਇਕੱਲਾ ਇਹ ਨਹੀਂ ਕਹਿੰਦਾ ਕਿ ਉਹ ਟਾਈਮ ਨੂੰ ਕਲਾਸ ਰੂਮ ਦੇ ਵਿੱਚ ਹੀ ਯੂਜ਼ ਕੀਤਾ ਜਾ ਸਕਦਾ, ਬਟ ਬਹੁਤ ਸਾਰੇ ਕੰਪੋਨੈਂਟਸ ਨੇ ਸਕੂਲਾਂ ਦੇ ਵਿੱਚ ਜਿੱਥੇ ਤੁਸੀਂ ਉਸ ਸਮੇਂ ਨੂੰ ਯੂਜ਼ ਕਰ ਸਕਦੇ ਹੋ। ਕਲਾਸ ਰੂਮ ਤੋਂ ਬਾਹਰ ਨਿਕਲ ਕੇ ਲਾਇਬ੍ਰੇਰੀਜ਼ ਨੇ, ਲੈਬੋਰਟਰੀਜ਼ ਨੇ, ਪਲੇਗਰਾਊਂਡਸ ਨੇ, ਆਰਟ ਕਰਾਫਟ ਰੂਮਸ ਨੇ, ਸੋ ਅਜਿਹੇ ਬਹੁਤ ਸਾਰੇ ਕੰਪੋਨੈਂਟ ਹੈ ਜਿੱਥੇ ਤੁਸੀਂ ਆਪਣਾ ਇਹ ਸਮੇਂ ਨੂੰ ਸਕੂਲੀ ਵਿਦਿਆਰਥੀਆਂ ਦੇ ਨਾਲ ਰਲ ਕੇ ਵਧੀਆ ਬਣਾ ਸਕਦੇ। ਦੂਸਰੀ ਇੱਕ ਮੈਂ ਗੱਲ ਦੇਖੀ ਕਿ ਬੱਚੇ, ਸਾਡੇ ਬੱਚੇ ਜਿੰਨੇ ਜਾਂਦੇ ਨੇ ਇਸ ਤਰ੍ਹਾਂ ਟੀਚਿੰਗ ਪ੍ਰੈਕਟਿਸ ਤੇ, ਉਹਨਾਂ ਦੇ ਵਿੱਚ ਬਹੁਤ ਗੁਣ ਨੇ। ਹਰ ਇੱਕ ਵਿਦਿਆਰਥੀ ਦੇ ਵਿੱਚ ਇੱਕ ਆਪਣੀ ਸਕਿੱਲ ਹੁੰਦੀ ਹੈ, ਇੱਕ ਆਪਣਾ ਗੁਣ ਹੁੰਦਾ ਜੋ ਉਹ ਆਪਣੇ ਕਾਲਜ ਦੇ ਕੁਲੀਗਸ ਦੇ ਨਾਲ ਤਾਂ ਸਾਂਝਾ ਕਰ ਲੈਂਦਾ, ਪਰ ਜਿਹੜੇ ਸਕੂਲੀ ਚਿਲਡਰਨ ਨੇ, ਬੱਚੇ ਨੇ, ਉੱਥੇ ਕਈ ਵਾਰੀ ਥੋੜ੍ਹਾ ਜਿਹਾ ਉਹ ਝਿਜਕਦਾ ਹੈ। ਜਿੰਨਾ ਜਿਹੜਾ ਵੀ ਬੱਚੇ ਤੁਹਾਡੀ ਕੋਈ ਪੋਜ਼ਿਟਿਵ ਸਕਿੱਲ ਹੈ, ਪੋਜ਼ਿਟਿਵ ਹੋਬੀ ਹੈ, ਪੋਜ਼ਿਟਿਵ ਇੰਟਰਸਟ ਨੇ, ਉਹਨਾਂ ਨੂੰ ਸਾਡੇ ਬੱਚਿਆਂ ਦੇ ਨਾਲ ਜ਼ਰੂਰ ਜਾ ਕੇ ਸਾਂਝਾ ਕਰੋ, ਕਿਉਂਕਿ ਤੁਸੀਂ ਉਹਨਾਂ ਦੇ ਹਾਨ ਪ੍ਰਵਾਨ ਦੇ ਹੁੰਦੇ ਹੋ। 4-5 ਸਾਲ ਦਾ ਗੈਪ ਹੈ। ਜਿਹੜੇ ਟੀਚਰ ਆਲਰੇਡੀ ਉਸ ਸੰਸਥਾ ਦੇ ਵਿੱਚ ਪੜ੍ਹਾ ਰਹੇ ਹੁੰਦੇ ਨੇ, ਉਹਨਾਂ ਦਾ ਏਜ ਗੈਪ ਕਈ ਵਾਰੀ ਕਾਫੀ ਜ਼ਿਆਦਾ ਹੁੰਦਾ। ਜਿਹੜੇ 30-30 ਸਾਲ ਹੋ ਗਏ ਟੀਚਰਸ ਪੜ੍ਹਾਉਂਦਿਆਂ ਨੂੰ, 25 ਸਾਲ ਹੋ ਗਏ ਨੇ, ਨੋ ਡਾਊਟ ਐਕਸਪੀਰੀਅੰਸ ਤੋਂ, ਤਜਰਬੇ ਤੋਂ ਉਹ ਬਹੁਤ ਅੱਗੇ ਨੇ, ਬਟ ਉਮਰ ਦੇ ਵਧਣ ਦੇ ਨਾਲ ਸਮੇਂ ਦੇ ਹਾਣੀ ਬਣਨਾ ਵੀ ਕਈ ਵਾਰੀ ਮੁਸ਼ਕਲ ਹੁੰਦਾ। ਇਸ ਕਰਕੇ ਤੁਸੀਂ ਉਹਨਾਂ ਬੱਚਿਆਂ ਦੇ ਸਮੇਂ ਦੇ ਹਾਣੀ ਬਣ ਸਕਦੇ ਹੋ। ਉਹਨਾਂ ਨੂੰ ਉਹ ਗੱਲਾਂ ਜਿਹੜੀਆਂ ਤੁਸੀਂ 4-5 ਸਾਲ ਪਹਿਲਾਂ ਸਿੱਖੀਆਂ ਸੀ, ਉਸ ਲੈਵਲ ਤੇ ਜਾ ਕੇ ਕਿਵੇਂ ਸਿੱਖੀਆਂ ਸੀ, ਕਿੱਦਾਂ ਤੁਹਾਨੂੰ ਅਧਿਆਪਕਾਂ ਨੇ ਸਿਖਾਈਆਂ ਸੀ, ਉਸ ਲੈਵਲ ਤੇ ਜਾ ਕੇ ਬੱਚਿਆਂ ਨਾਲ ਕਰ ਸਕਦੇ। ਜਿਸ ਸਮੇਂ ਬੱਚੇ ਸਭ ਤੋਂ ਜੋ ਇੱਕ ਮੈਨੂੰ ਲੱਗਦੀ ਹੈ ਕਿ ਗੱਲ ਕਿ ਸਾਨੂੰ ਸਕੂਲ ਦੇ ਵਿੱਚ ਜੇਕਰ ਅਸੀਂ ਵਿਸ਼ਿਆਂ ਦੀ ਗੱਲ ਕਰੀਏ, 1-2 ਦੇ ਵਿਸ਼ਿਆਂ ਦੀ ਗੱਲ ਕਰੀਏ, ਤਾਂ 8 ਟੀਚਰ ਨੇ, ਥੱਲੇ ਗੱਲ ਕਰੀਏ ਹਾਈ ਸਕੂਲ ਦੇ ਤਾਂ 10 ਟੀਚਰ ਹੁੰਦੇ ਆ।
ਯਾ ਸਾਰੇ ਸਕੂਲ ਟਾਈਮ ਦੀ ਗੱਲ ਕਰੀਏ ਅਸੀਂ ਪਹਿਲੀ ਤੋਂ ਲੈ ਕੇ ਪਲੱਸ ਟੂ ਤੱਕ ਦੀ ਤਾਂ ਮੈਕਸੀਮਮ ਹੈ ਚਾਰ ਜਾਂ ਪੰਜ ਟੀਚਰ ਹੋਣਗੇ ਜਿਹੜੇ ਸਾਡੀ ਲਾਈਫ ਦੇ ਆਈਕੋਨ ਨੇ ਜਿਹੜੇ ਸਾਨੂੰ ਬਹੁਤ ਚੰਗੇ ਲੱਗਦੇ ਨੇ ਬੇਸ਼ੱਕ ਉਹਨਾਂ ਨੇ ਸਾਨੂੰ ਉਸ ਸਮੇਂ ਕਾਰਪੋਰਲ ਪਨਿਸ਼ਮੈਂਟ ਵੀ ਦਿੱਤੀ ਹੋਵੇ ਬੁਰੇ ਢੰਗ ਨਾਲ ਕੁੱਟਿਆ ਵੀ ਹੋਵੇ ਤਾਂ ਵੀ ਸਾਨੂੰ ਉਹ ਵਧੀਆ ਲੱਗਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਅਜਿਹਾ ਪੋਜ਼ਿਟਿਵ ਗੁਣ ਹੁੰਦਾ ਉਹਨਾਂ ਅਧਿਆਪਕਾਂ ਦਾ ਜਿਹੜਾ ਸਾਡੇ ਮਨ ਦੇ ਉੱਤੇ ਇੰਜ ਉੱਕਰ ਜਾਂਦਾ ਜਿਵੇਂ ਪੱਥਰ ਦੇ ਉੱਤੇ ਲਕੀਰ ਉੱਕਰ ਗਈ ਹੋਵੇ ਤੇ ਉਹ ਸਦਾ ਮਿਟਦਾ ਨਹੀਂ ਉਹਨਾਂ ਅਧਿਆਪਕਾਂ ਦੇ ਜਿਹੜੇ ਪੋਜ਼ਿਟਿਵ ਗੁਣ ਸੀ ਜੋ ਤੁਹਾਡੇ ਜ਼ਿਹਨ ਦੇ ਵਿੱਚ ਵਸੇ ਹੋਏ ਨੇ ਉਹਨਾਂ ਦੀ ਨਕਲ ਕਰੋ ਕਿਉਂਕਿ ਜਿਹੜੇ ਤੁਹਾਨੂੰ ਚੰਗੇ ਲੱਗੇ ਨੇ ਤੁਹਾਡੇ ਮਨ ਦੇ ਵਿੱਚ ਸਦਾ ਲਈ ਉੱਕਰੇ ਹੋਏ ਨੇ ਉਹ ਜਿਹੜੇ ਬੱਚਿਆਂ ਨਾਲ ਤੁਸੀਂ ਪ੍ਰੈਕਟਿਸ ਦੇ ਵਿੱਚ ਜਾਓਗੇ ਉਹਨਾਂ ਦੇ ਲਈ ਵੀ ਉਹ ਚੰਗੇ ਹੋਣਗੇ ਇਸ ਕਰਕੇ ਉਹ ਸਾਰਾ ਜ਼ਰੂਰ ਬੱਚਿਆਂ ਦੇ ਨਾਲ ਸਾਂਝਾ ਕਰੋ ਸਾਰੇ ਅਧਿਆਪਕਾਂ ਦੇ ਨਾਲ ਜਿੰਨੇ ਟੀਚਰ ਨੇ ਉਹਨਾਂ ਨਾਲ ਮਿਕਸਅਪ ਹੋਣ ਦਾ ਯਤਨ ਕਰੋ ਕ੍ਰਿਟੀਕਲੀ ਅਬਜ਼ਰਵ ਕਰੋ ਟੀਚਰਸ ਨੂੰ ਜਿਹੜੇ ਉਸ ਸੰਸਥਾ ਦੇ ਨੇ ਉਹ ਹਰੇਕ ਸੰਸਥਾ ਦੇ ਅਧਿਆਪਕਾਂ ਦੇ ਵਿੱਚ ਵੀ ਵੱਖਰੇ ਵੱਖਰੇ ਗੁਣ ਨੇ ਕੋਈ ਤੁਹਾਨੂੰ ਵਧੀਆ ਸਿੰਗਰ ਦਿਖੇਗਾ ਕੋਈ ਤੁਹਾਨੂੰ ਵਧੀਆ ਪਰਸਨੈਲਿਟੀ ਦਿਖੇਗਾ ਕੋਈ ਤੁਹਾਨੂੰ ਵਧੀਆ ਉਹਦੀ ਬੋਲਚਾਲ ਵਧੀਆ ਲੱਗੇਗੀ ਸ਼ਬਦ ਬਹੁਤ ਵਧੀਆ ਲੱਗਣਗੇ ਕੁਝ ਤੁਹਾਨੂੰ ਜਿਹੜੇ ਨੇ ਉਹ ਜਦੋਂ ਕਲਾਸ ਦੇ ਵਿੱਚ ਜਾਓਗੇ ਉਹਨਾਂ ਦਾ ਵੇ ਆਫ ਟੀਚਿੰਗ ਜਿਹੜਾ ਹੈ ਉਹ ਬਹੁਤ ਵਧੀਆ ਲੱਗੇਗਾ ਹਰ ਇੱਕ ਟੀਚਰ ਦੇ ਵਿੱਚ ਕੁਝ ਨਾ ਕੁਝ ਗੁਣ ਨੇ ਸੋ ਉਹ ਜ਼ਰੂਰ ਅਬਜ਼ਰਵ ਕਰੋ ਅਤੇ ਉਹਨਾਂ ਨੂੰ ਲਾਈਫ ਦੇ ਵਿੱਚ ਅਡੋਪਟ ਕਰਨ ਦਾ ਯਤਨ ਕਰੋ ਜਿਹੜੀ ਤੁਹਾਡੀ ਆਪਣੀ ਸਕਿੱਲ ਹੈ ਬੱਚਿਓ ਤੁਹਾਡੀ ਆਪਣੀ ਟੀਚਿੰਗ ਦੇ ਵਿੱਚ ਖਾਸ ਕਰਕੇ ਟੀਚ ਕਰਨ ਦੀ ਜਿਹੜੀ ਸਕਿੱਲ ਹੈ ਉਸ ਨੂੰ ਜ਼ਰੂਰ ਆਈਡੈਂਟੀਫਾਈ ਕਰੋ ਕਿਉਂਕਿ ਪੜ੍ਹਨ ਸਮੇਂ ਅਸੀਂ ਆਪਣੇ ਅਧਿਆਪਕਾਂ ਨੂੰ ਦੇਖ ਦੇਖ ਕੇ ਸਿੱਖਦੇ ਜ਼ਰੂਰ ਹਾਂ ਪਰ ਪੜ੍ਹਨ ਅਤੇ ਪੜ੍ਹਾਉਣ ਦੇ ਵਿੱਚ ਬਹੁਤ ਫਰਕ ਹੈ ਜਦੋਂ ਤੁਸੀਂ ਉਸ ਅਧਿਆਪਕ ਵਾਲੀ ਜਗ੍ਹਾ ਦੇ ਉੱਤੇ ਜਾ ਕੇ ਆਪ ਟੀਚ ਕਰੋਗੇ ਤਾਂ ਉਸ ਸਮੇਂ ਜਿਹੜਾ ਸਵੈ ਵਿਸ਼ਵਾਸ ਤੁਹਾਡੇ ਵਿੱਚ ਆਉਣਾ ਹੈ ਉਹ ਇਕੱਲਾ ਪੜ੍ਹਾਉਣ ਲਈ ਨਹੀਂ ਆਉਂਦਾ ਉਹ ਜ਼ਿੰਦਗੀ ਦੇ ਹਰ ਇੱਕ ਫਲਸਫੇ ਨੂੰ ਸਮਝਣ ਦੇ ਲਈ ਆਉਂਦਾ ਹੈ ਕਿ ਕਿਸ ਤਰ੍ਹਾਂ ਸਾਹਮਣੇ ਬੈਠੇ ਚਾਹੇ ਉਹ ਬੱਚੇ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿਸ ਤਰ੍ਹਾਂ ਸਾਡੇ ਮੂੰਹ ਦੇ ਵਿੱਚੋਂ ਸ਼ਬਦ ਜਿਹੜੇ ਨੇ ਉਹ ਨਿਕਲਦੇ ਨੇ ਉਹਨਾਂ ਸ਼ਬਦਾਂ ਦਾ ਸਾਡੇ ਉਹਨਾਂ ਬੱਚਿਆਂ ਦੇ ਉੱਤੇ ਕਿਸ ਤਰ੍ਹਾਂ ਪ੍ਰਭਾਵ ਪੈਂਦਾ ਹੈ ਇਸੇ ਗੱਲ ਦੇ ਨਾਲ ਨਾਲ ਮੈਂ ਜੋੜਦਿਆਂ ਗੱਲ ਕਰਾਂ ਸਾਡੀ ਸਰੀਰਕ ਭਾਸ਼ਾ ਦੀ ਅਸੀਂ ਬੱਚੇ ਜਿਹੜੇ ਨੇ ਅਸੀਂ ਦੇਖਦੇ ਹਾਂ ਕਿ ਬੱਚੇ ਜਦੋਂ ਜਾਂਦੇ ਨੇ ਟੀਚਿੰਗ ਪ੍ਰੈਕਟਿਸ ਤਾਂ ਸੰਗਦੇ ਬਹੁਤ ਨੇ ਮੈਂ ਦੁਬਾਰਾ ਰਿਪੀਟ ਕਰ ਰਿਹਾ ਇਸ ਗੱਲ ਨੂੰ ਕਿ ਸੰਗਦੇ ਬਹੁਤ ਨੇ ਉਹਨਾਂ ਕੋਲੇ ਨੌਲੇਜ ਦੀ ਕੋਈ ਕਮੀ ਨਹੀਂ ਹੈ ਗਿਆਨ ਦੀ ਕੋਈ ਕਮੀ ਨਹੀਂ ਹੁੰਦੀ ਪਰ ਕਿਉਂਕਿ ਪਹਿਲੀ ਵਾਰ ਉਹ ਇੰਸਟੀਚਿਊਟ 'ਚ ਜਾਂਦੇ ਨੇ ਉਹਨਾਂ ਨੂੰ ਥੋੜ੍ਹਾ ਵਿਸ਼ਵਾਸ ਮਨ ਦੇ ਵਿੱਚ ਥੋੜ੍ਹੀ ਜਿਹੀ ਘਾਟ ਹੁੰਦੀ ਹੈ ਇਸ ਕਰਕੇ ਉਹ ਬੱਚਿਆਂ ਨਾਲ ਉਸ ਤਰ੍ਹਾਂ ਥੋੜ੍ਹੇ ਸਮੇਂ ਲਈ ਰਲ ਨਹੀਂ ਪਾਉਂਦੇ ਪਰ ਸਮਾਂ ਅੱਜ ਕੱਲ੍ਹ ਬੋਡੀ ਲੈਂਗੁਏਜ ਦਾ ਹੈ ਅਸੀਂ ਆਮ ਦੇਖਦੇ ਹਾਂ ਕਿ ਜਿਹੜਾ ਇਨਸਾਨ ਬੋਲਣ ਸਮੇਂ ਆਪਣੇ ਹੱਥਾਂ ਦੀ ਆਪਣੇ ਸਰੀਰ ਦੀ ਆਪਣੇ ਮੂੰਹ ਦੀ ਆਪਣੀਆਂ ਅੱਖਾਂ ਦੀ ਸ਼ਬਦਾਂ ਦੇ ਅਨੁਸਾਰ ਸ਼ਕਲ ਨਹੀਂ ਬਣਾਉਂਦਾ ਉਹ ਆਪਣੀਆਂ 50% ਗੱਲਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਕਿਉਂਕਿ ਮੈਨੂੰ ਇੰਜ ਲੱਗਦਾ ਹੈ ਕਿ 50% ਅਸੀਂ ਆਪਣੀਆਂ ਬੋਡੀ ਲੈਂਗੁਏਜ ਦੇ ਨਾਲ ਸਰੀਰਕ ਭਾਸ਼ਾ ਦੇ ਨਾਲ ਸਮਝਾਉਂਦੇ ਹਾਂ ਤੇ 50% ਅਸੀਂ ਆਪਣੇ ਸ਼ਬਦਾਂ ਦੇ ਨਾਲ ਸਮਝਾਉਂਦੇ ਹਾਂ ਤੇ ਬੋਡੀ ਲੈਂਗੁਏਜ ਨੂੰ ਸਮਝਣ ਦੇ ਲਈ ਸ਼ਬਦਾਂ ਦੀ ਲੋੜ ਨਹੀਂ ਹੁੰਦੀ ਸਿਰਫ ਤੇ ਸਿਰਫ ਬੱਚਿਆਂ ਦੀਆਂ ਅੱਖਾਂ ਜਿਹੜੀਆਂ ਨੇ ਤੇ ਕੰਨ ਜਿਹੜੇ ਨੇ
ਉਹ ਤੁਹਾਡੇ ਵਿੱਚ ਹੋਣੇ ਚਾਹੀਦੇ ਨੇ, ਅੱਖਾਂ ਤੁਹਾਡੇ ਸਰੀਰ ਤੇ ਹੋਣੀਆਂ ਚਾਹੀਦੀਆਂ ਤੇ ਕੰਨ ਤੁਹਾਡੇ ਮੂੰਹ ਦੇ ਉੱਤੇ ਹੋਣੇ ਚਾਹੀਦੇ ਨੇ, ਮੂੰਹ ਵੱਲ ਹੋਣੇ ਚਾਹੀਦੇ ਨੇ, ਤਾਂ ਕਿ ਹਰ ਇੱਕ ਸ਼ਬਦ ਕਿੱਥੇ ਉਸ ਸ਼ਬਦ ਸਟ੍ਰੈਸ ਦਿੱਤੀ ਜਾਣੀ ਹੈ, ਕਿੱਥੇ ਉਸ ਸ਼ਬਦ ਨੂੰ ਹਲਕਾ ਬੋਲਿਆ ਜਾਣਾ ਹੈ, ਉਹ ਬੱਚੇ ਦੇਖ ਕੇ ਸਿੱਖਦੇ ਨੇ। ਹੁਣ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਸਮਾਂ ਟੈਕਨੀਕਸ ਦਾ ਹੈ। ਬਹੁਤ ਸਾਰੇ ਸਕੂਲਾਂ ਦੇ ਵਿੱਚ ਪ੍ਰੋਜੈਕਟਰਸ ਆ ਗਏ ਨੇ। ਜੇ ਮੈਂ ਆਪਣੀ ਸੰਸਥਾ ਦੀ ਗੱਲ ਕਰਾਂ ਤਾਂ ਸਾਡੇ 10 ਕਲਾਸ ਰੂਮਸ ਦੇ ਵਿੱਚ ਪ੍ਰੋਜੈਕਟਰਸ ਨੇ। ਸਾਡੇ ਟੀਚਰ ਬਹੁਤੇ ਜਿਹੜੇ ਸਾਡੇ ਟੀਚਰ ਨੇ ਸਾਇੰਸ ਦੇ, ਮੈਥ ਦੇ, ਇੰਗਲਿਸ਼ ਦੇ, ਉਹ ਜ਼ਿਆਦਾ ਇਸ ਨੂੰ ਯੂਜ਼ ਕਰਦੇ ਨੇ। ਥੋੜ੍ਹੇ ਜਿਹੇ ਲੈਂਗੁਏਜ ਟੀਚਰ ਥੋੜ੍ਹੇ ਜਿਹੇ ਇਸ ਨੂੰ ਘੱਟ ਕਰਦੇ ਨੇ। ਸਮੱਸਿਆਵਾਂ ਦੂਸਰੀਆਂ ਵੀ ਨੇ ਕਿ ਇਹਨਾਂ ਹਿੰਦੀ ਜਾਂ ਪੰਜਾਬੀ ਲੈਂਗੁਏਜ ਦੇ ਵਿੱਚ ਥੋੜ੍ਹਾ ਸਾਡਾ ਮਟੀਰੀਅਲ ਜਿਹੜਾ ਹੈ ਉਹ ਘੱਟ ਅਵੇਲੇਬਲ ਹੈ, ਇਸ ਕਰਕੇ ਹੈ, ਨਹੀਂ ਅਦਰਵਾਈਜ਼ ਸਾਰੇ ਬਾਕੀ ਸਬਜੈਕਟਾਂ ਦੇ ਵਿੱਚ ਬਹੁਤ ਯੂਜ਼ ਕਰਦੇ। ਸੋ ਤੁਸੀਂ ਵੀ ਜਾ ਕੇ ਜਦੋਂ ਜਿਹੜੀ ਸੰਸਥਾ ਦੇ ਵਿੱਚ ਜਾਣਾ ਹੈ, ਜੇਕਰ ਇਹ ਫੈਸਿਲਿਟੀ ਅਵੇਲੇਬਲ ਹੈ ਤਾਂ ਇਸ ਨੂੰ ਜ਼ਰੂਰ ਯੂਜ਼ ਕਰਨਾ ਪ੍ਰੋਜੈਕਟਰ, ਕਿਉਂਕਿ ਪ੍ਰੋਜੈਕਟਰ ਦੇ ਰਾਹੀਂ ਅਸੀਂ ਜਦੋਂ ਲਾਈਵ ਕੋਈ ਚੀਜ਼ 3-dimensional ਬੱਚਿਆਂ ਨੂੰ ਦਿਖਾਉਂਦੇ ਹਾਂ ਤਾਂ ਉਹ ਬਹੁਤ ਵਧੀਆ ਸਿੱਖਦੇ ਨੇ। ਬੱਚਿਆਂ ਦੇ ਨਾਲ ਜਿਹੜੇ ਪੜ੍ਹਾ ਰਹੇ ਹੋ, ਜਿਹਨਾਂ ਬੱਚਿਆਂ ਨੂੰ ਤੁਸੀਂ ਜਾ ਕੇ ਬੱਚੇ ਪੜ੍ਹਾਉਣਾ ਹੈ, ਉਹਨਾਂ ਦੇ ਨਾਲ ਆਪਣੀ ਕਹਾਣੀ ਜ਼ਰੂਰ ਸਾਂਝੀ ਕਰੋ। ਤੁਸੀਂ ਕਿੱਥੋਂ ਉੱਠੇ, ਕਿੱਥੋਂ ਚੱਲੇ, ਅੱਜ ਕਿੱਥੇ ਪਹੁੰਚੇ ਹੋਏ ਹੋ, ਤੁਹਾਨੂੰ ਉਸ ਦੀ ਕਿੰਨੀ ਸੰਤੁਸ਼ਟੀ ਹੈ, ਉਹ ਜ਼ਰੂਰ ਬੱਚਿਆਂ ਦੇ ਨਾਲ ਸਾਂਝੀ ਕਰਿਓ, ਕਿਉਂਕਿ ਬੱਚੇ ਜਿਹੜੇ ਨੇ ਉਹ ਤੁਹਾਡੇ ਏਜ ਗਰੁੱਪ ਦੇ ਨੇ, 5-4 ਸਾਲ ਤੁਹਾਡੇ ਤੋਂ ਛੋਟੇ ਨੇ। ਉਹ ਤੁਹਾਡੀਆਂ ਉਹਨਾਂ ਔਕੜਾਂ ਨੂੰ ਜਿਹੜੀਆਂ ਤੁਸੀਂ ਉਹਨਾਂ ਸਮਿਆਂ ਦੇ ਵਿੱਚ ਫੇਸ ਕੀਤੀਆਂ, ਉਹ ਤੁਹਾਡੀਆਂ ਉਹਨਾਂ ਪ੍ਰਾਪਤੀਆਂ ਨੂੰ ਜਿਹੜੀਆਂ ਤੁਸੀਂ ਉਹਨਾਂ ਸਮਿਆਂ ਦੇ ਵਿੱਚ ਸਕੂਲ ਦੇ ਵਿੱਚ ਪ੍ਰਾਪਤ ਕੀਤੀਆਂ, ਉਹਨਾਂ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹੁੰਦੇ ਨੇ ਵੀ ਹਾਂ ਵੀ ਸਾਡਾ ਆਹ ਟੀਚਰ ਜਿਹੜਾ ਹੈ ਆਹ ਤੁਹਾਤੋਂ 4 ਸਾਲ ਪਹਿਲਾਂ ਪੜ੍ਹ ਕੇ ਗਿਆ ਤੇ ਅੱਜ ਫਲਾਨੇ ਅਹੁਦੇ ਦੇ ਉੱਤੇ ਬੈਠਾ ਹੈ, ਫਲਾਨੇ ਸੰਸਥਾ ਦੇ ਵਿੱਚ ਪੜ੍ਹ ਰਿਹਾ ਹੈ ਤੇ ਫਲਾਨੀ ਸੰਸਥਾ ਬਾਅਦ ਦੇ ਵਿੱਚ ਉਹ ਇੱਥੇ ਪਹੁੰਚੂਗਾ। ਉਸ ਚੀਜ਼ ਤੋਂ ਬੱਚੇ ਬਹੁਤ ਸਿੱਖਦੇ। ਸੋ ਆਪਣੀ ਜੋ ਸਟੋਰੀ ਹੈ, ਜੋ ਰੀਅਲ ਸਟੋਰੀ ਹੈ, ਉਸਨੂੰ ਜ਼ਰੂਰ ਸਾਂਝੀ ਕਰੋ ਬੱਚਿਆਂ ਦੇ ਨਾਲ। ਤੁਹਾਡੇ ਕੋਲੇ ਬੱਚਿਓ ਜੋ ਸਮੇਂ ਦੀਆਂ ਪ੍ਰੈਜੈਂਟ ਐਗਜ਼ਾਮਪਲਸ ਨੇ ਉਹ ਜ਼ਰੂਰ ਸਾਂਝੀਆਂ ਕਰੋ ਬੱਚਿਆਂ ਨਾਲ। ਮੈਂ ਕਈ ਵਾਰੀ ਦੇਖਦਾ ਵੀ ਮੈਂ ਬੇਸਿਕਲੀ ਮੈਂ ਆਪ ਸਾਇੰਸ ਗ੍ਰੈਜੂਏਟ ਤੇ ਸਾਇੰਸ ਪੋਸਟ ਗ੍ਰੈਜੂਏਟ ਸਟੂਡੈਂਟ ਹਾਂ, ਪਰ ਮੈਂ ਦੇਖਦਾ ਕਿ ਜਦੋਂ ਅਸੀਂ ਕੋਈ ਗੱਲ ਕਰਨੀ ਹੈ, ਸਾਇੰਸ ਦੀ ਵੀ ਗੱਲ ਕਰਨੀ ਹੈ, ਤਾਂ ਅਸੀਂ ਜਦੋਂ ਪੁਰਾਣੀਆਂ ਗੱਲਾਂ ਕਰਦੇ ਹਾਂ, ਡਾਰਵਿਨ ਦੀਆਂ ਗੱਲਾਂ ਕਰਦੇ ਹਾਂ ਜਾਂ ਹੋਰ ਸਾਇੰਟਿਸਟ ਜਿਨ੍ਹਾਂ ਨੇ ਬਹੁਤ ਸਾਰੇ ਨੋਬਲ ਪ੍ਰਾਈਜ਼ ਦਿੱਤੇ, ਬਹੁਤ ਸਾਰੀਆਂ ਇਨਵੈਂਸ਼ਨਸ ਜਿਨ੍ਹਾਂ ਕਰਕੇ ਅੱਜ ਦੁਨੀਆ ਦਾ ਜੋ ਪ੍ਰੈਜੈਂਟ ਮਾਡਲ ਅਸੀਂ ਦੇਖ ਰਹੇ ਹਾਂ, ਪਰ ਉਸ ਗੱਲ ਨੂੰ ਬੱਚੇ ਉਹਨਾਂ ਇੰਟਰਸਟ ਨਾਲ ਨਹੀਂ ਸੁਣਦੇ ਜਿੰਨਾ ਜੋ ਪ੍ਰੈਜੈਂਟ ਅੱਜ ਦੇ ਵਿੱਚ, ਅੱਜ ਦੇ ਸਮੇਂ 'ਚ ਹੋ ਰਿਹਾ ਉਹਨੂੰ ਦੇਖਦੇ ਨੇ ਵੀ ਅੱਜ ਜੇ ਕਿਸੇ ਨੇ ਗੱਲ ਕੀਤੀ। ਜਿਵੇਂ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਗੱਲ ਕਰਦਾ, ਅਸੀਂ ਕਮਿਊਨੀਕੇਸ਼ਨ ਦੀ ਗੱਲ ਕੀਤੀ ਕਿ ਪੁਰਾਣੇ ਸਮੇਂ ਦੇ ਵਿੱਚ ਕਮਿਊਨੀਕੇਸ਼ਨ ਜਿਹੜੀ ਸੀ ਉਹ ਚਿੱਠੀ ਪੱਤਰ ਦੇ ਰਾਹੀਂ ਹੋ ਜਾਂਦੀ ਸੀ, ਹੌਲੀ ਹੌਲੀ ਮੈਂ ਘੈਂਟੀ ਵਾਲਾ ਫੋਨ ਆਇਆ, ਤਾਰਾਂ ਵਾਲਾ ਫੋਨ ਆਇਆ, ਜਾਂ ਜਿਹੜੀਆਂ ਟੈਲੀਗ੍ਰਾਮ ਸੀ ਉਸ ਤਰ੍ਹਾਂ ਆਈਆਂ, ਆਉਂਦੇ 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 ਅੱਜ ਕੱਲ੍ਹ ਅਸੀਂ ਮੋਬਾਈਲ 'ਤੇ ਆ ਗਏ, ਵੀਡੀਓ ਕਾਲ 'ਤੇ ਆ ਗਏ, ਐਂਡ ਸੋ ਔਨ, ਜੋ ਅੱਜ ਅਸੀਂ ਆਪਸ ਵਿੱਚ ਬੋਲ ਰਹੇ ਹਾਂ, ਸਾਂਝਾ ਕਰ ਰਹੇ ਹਾਂ, ਉੱਥੋਂ ਤੱਕ ਪਹੁੰਚ। ਜੋ ਅੱਜ ਦੀ ਗੱਲ ਹੈ ਉਸ ਨੂੰ ਬੱਚੇ ਬਹੁਤ ਧਿਆਨ ਨਾਲ ਸੁਣਨਗੇ, ਪਰ ਜੋ ਅੱਜ ਤੋਂ 60 ਸਾਲ ਪਹਿਲਾਂ, 70 ਸਾਲ ਪਹਿਲਾਂ, 100 ਸਾਲ ਪਹਿਲਾਂ ਸੀ, ਉਸ ਹਿਸਟਰੀ ਵੱਲ ਬੱਚੇ ਘੱਟ ਜਾਂਦੇ ਨੇ, ਘੱਟ ਉਸ ਨੂੰ ਧਿਆਨ ਦਿੰਦੇ ਨੇ, ਕਿਉਂਕਿ ਇੰਸਟੈਂਟ ਨੌਲੇਜ ਬੱਚੇ ਚਾਹੁੰਦੇ ਨੇ। ਇਸ ਕਰਕੇ ਜਦੋਂ ਤੁਸੀਂ ਪਿਆਰੇ ਬੱਚੋ ਵੀ ਸਮੇਂ ਦੀ ਗੱਲ ਕਰੋਗੇ, ਤੁਹਾਡੀ ਗੱਲ ਨੂੰ ਉਹ ਬਹੁਤ ਜਲਦੀ ਸਿੱਖਣਗੇ। ਤੁਸੀਂ ਜਦੋਂ ਪ੍ਰੈਜੈਂਟ ਸੁਸਾਇਟੀ ਦੇ ਵਿੱਚ ਜੋ ਕੁਛ ਵਿਚਰ ਰਿਹਾ ਹੈ, ਜਦੋਂ ਉਹਦੀ ਗੱਲ ਸੁਣੋ ਦੱਸੋਗੇ ਬੱਚਿਆਂ ਨੂੰ, ਉਹ ਬਹੁਤ ਜਲਦੀ ਸੁਣਨਗੇ, ਬਹੁਤ ਜਲਦੀ ਸਿੱਖਣਗੇ। ਮੈਂ ਇੱਕ ਹੋਰ ਛੋਟੀ ਐਗਜ਼ਾਮਪਲ ਤੁਹਾਡੇ ਨਾਲ ਗੱਲ ਕਰਾਂ ਵੀ ਜਦੋਂ ਥੋੜਾ ਏਜਡ ਟੀਚਰ ਹੁੰਦਾ, ਉਹ ਆਪਦੇ ਸਮੇਂ ਦੀ ਗੱਲ ਕਰਦਾ। ਮੈਂ ਫੋਰ ਐਗਜ਼ਾਮਪਲ ਮੈਂ ਆਪਣੀ ਗੱਲ ਕਰਾਂ ਤਾਂ ਮੈਂ
ਜੇ ਫਿਲਮ ਸੈਕਟਰ ਦੀ ਗੱਲ ਕਰੂੰਗਾ ਤਾਂ ਮੈਂ ਅਮਿਤਾਭ ਬੱਚਨ ਦੀ ਗੱਲ ਕਰੂੰਗਾ ਜਾਂ ਧਰਮਿੰਦਰ ਦੀ ਗੱਲ ਕਰੂੰਗਾ, ਪਰ ਉਹ ਬੱਚੇ ਨਹੀਂ ਲਾਈਕ ਕਰਨਗੇ ਅੱਜ ਵਾਲੇ। ਅੱਜ ਵਾਲੇ ਬੱਚੇ, ਅੱਜ ਦੇ ਜਿਹੜੇ ਪ੍ਰੈਜੈਂਟ ਐਕਟਰਸ ਨੇ, ਜੋ ਵੱਖ ਵੱਖ ਟੀਮਸ ਦੇ ਜਿਹੜੇ ਵੱਖ ਵੱਖ ਹੀਰੋਜ਼ ਨੇ, ਉਹਨਾਂ ਦੀ ਗੱਲ ਜ਼ਿਆਦਾ ਸੁਣਗੇ, ਕਿਉਂਕਿ ਉਹਨਾਂ ਨੂੰ ਉਹ ਖੁਦ ਵੀ ਦੇਖਦੇ ਨੇ। ਇਸ ਕਰਕੇ ਉਹ ਪ੍ਰੈਜੈਂਟ ਐਗਜ਼ਾਮਪਲਸ ਬੱਚਿਆਂ ਨੂੰ ਦੇਣੀਆਂ ਜਿਹੜੀਆਂ ਨੇ, ਉਹ ਬਹੁਤ ਜ਼ਿਆਦਾ ਜ਼ਰੂਰੀ ਨੇ। ਇਸ ਦੇ ਨਾਲ ਹੀ, ਕਿਉਂਕਿ ਤੁਸੀਂ ਯੰਗ ਹੋ, ਬੱਚਿਆਂ ਦੇ ਲੈਵਲ ਤੱਕ ਬਹੁਤ ਜਲਦੀ ਜਾ ਸਕਦੇ ਹੋ, ਇਸ ਕਰਕੇ ਆਪਣੇ ਆਪ ਨੂੰ, ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਹਰ ਇੱਕ, ਵੈਸੇ ਤਾਂ ਸਾਡੇ ਸਤਿਕਾਰਯੋਗ ਅਧਿਆਪਕ ਸਾਹਿਬਾਨ ਵੀ ਅੱਜ ਦੀ ਇਸ ਮੀਟਿੰਗ ਦੇ ਵਿੱਚ ਹੋਣਗੇ, ਉਹ ਟੀਚਰ ਸਾਹਿਬਾਨ ਵੀ ਹੋਣਗੇ ਜਿਹੜੇ ਮਨੋਵਿਗਿਆਨ ਪੜ੍ਹਾਉਂਦੇ ਨੇ, ਸਾਈਕੋਲੋਜੀ ਪੜ੍ਹਾਉਂਦੇ ਨੇ ਬੱਚਿਆਂ ਨੂੰ। ਬਹੁਤ ਸਾਲ ਪਹਿਲਾਂ 89 ਦੇ ਵਿੱਚ ਮੈਡਮ, ਬਹੁਤ ਹੀ ਸਤਿਕਾਰਯੋਗ ਰਵਿੰਦਰ ਕੌਰ ਮੈਡਮ ਸੀਗੇ ਜਿਹੜੇ ਸਾਨੂੰ ਸਾਈਕੋਲੋਜੀ ਪੜ੍ਹਾਉਂਦੇ ਸੀਗੇ, ਮੈਨੂੰ ਉਹਨਾਂ ਦੀ ਗੱਲ ਬੜੀ ਚੇਤੇ ਆਉਂਦੀ ਹੁੰਦੀ ਹੈ, ਪਰਸਨੈਲਿਟੀ ਦੀ। ਉਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਪਰਸਨੈਲਿਟੀ ਦੀਆਂ ਗੱਲਾਂ ਸੁਣਾਉਣੀਆਂ, ਪਰਸਨੈਲਿਟੀ ਟ੍ਰੇਟਸ ਦੀਆਂ ਗੱਲਾਂ ਕਰਨੀਆਂ। ਪਰ ਉਸ ਤੋਂ ਬਾਅਦ, ਟੀਚਿੰਗ ਤੋਂ ਬਾਅਦ, ਬੀਐਡ ਕਰਨ ਤੋਂ ਬਾਅਦ, ਮੈਂ 92 ਦੇ ਵਿੱਚ ਜੋ ਫਸਟ ਸਕੂਲ ਦੀ ਜੁਆਇਨਿੰਗ ਸੀ, ਮੈਨੂੰ ਉੱਥੇ ਅਧਿਆਪਕ ਸਾਡੇ ਮਿਲੇ ਸੀ, ਸਰਦਾਰ ਕਰਤਾਰ ਸਿੰਘ, ਮੈਥ ਦੇ ਟੀਚਰ ਸੀ। ਉਹਨਾਂ ਨੇ ਮੈਨੂੰ ਪਹਿਲੇ ਦਿਨ ਤਾਂ ਕੁਛ ਨਹੀਂ ਕਿਹਾ, ਦੂਸਰੇ ਦਿਨ ਗੱਲ ਬੜੀ ਵਧੀਆ ਸੁਣਾਈ ਕਿ ਪਰਸਨੈਲਿਟੀ ਤੁਸੀਂ ਜਿਹੜੀ ਬੀਐਡ 'ਚ ਪੜ੍ਹ ਕੇ ਆਏ ਹੋ, ਉਹਦੇ ਨਾਲੋਂ ਆਹ ਪਰਸਨੈਲਿਟੀ ਵੱਖਰੀ ਹੈ, ਕਿ ਤੁਹਾਡੀ ਪਰਸਨੈਲਿਟੀ ਦੇ, ਉਹ ਕਹਿੰਦੇ 16-17 ਜੋ ਟ੍ਰੇਟ ਤੁਹਾਨੂੰ ਪੜ੍ਹਾਤੇ ਉਹ ਵੱਖਰੇ ਨੇ, ਪਰ 3 ਟ੍ਰੇਟਸ ਨੇ ਜ਼ਿੰਦਗੀ ਦੇ ਤੁਹਾਡੀ ਪਰਸਨੈਲਿਟੀ ਦੇ, ਰਫਤਾਰ, ਗੁਫਤਾਰ ਐਂਡ ਦਸਤਾਰ। ਉਹਨਾਂ ਨੇ ਇਹਨਾਂ ਤਿੰਨਾਂ ਗੱਲਾਂ 'ਚ ਹੀ, ਤਿੰਨਾਂ ਸ਼ਬਦਾਂ ਦੇ ਵਿੱਚ ਸਾਰੀ ਪਰਸਨੈਲਿਟੀ ਦਾ ਨਿਚੋੜ ਕੱਢਤਾ। ਤੁਹਾਡੀ ਰਫਤਾਰ, ਤੁਹਾਡਾ ਚੱਲਣ ਦਾ ਤਰੀਕਾ ਵਧੀਆ ਹੋਣਾ ਚਾਹੀਦਾ, ਬਿਮਾਰਾਂ ਵਾਂਗ ਨਾ ਹੋਵੇ। ਤੁਹਾਡੀ ਗੁਫਤਾਰ, ਗੁਫਤਗੂ, ਗੱਲਾਂ ਕਰਨ ਦਾ ਢੰਗ ਅਜਿਹਾ ਹੋਵੇ ਜਿਹੜਾ ਬੱਚਿਆਂ ਦੇ ਮਨ ਦੇ ਵਿੱਚ ਤੁਸੀਂ ਉਤਰ ਜਾਵੋ। ਤੇ ਤੁਹਾਡੀ ਦਸਤਾਰ, ਦਸਤਾਰ ਦਾ ਅਸੀਂ ਆਮ ਤੌਰ ਤੇ ਮੀਨਿੰਗ ਆਪਣੀ ਪੱਗ ਨਾਲ ਲੈ ਲੈਂਦੇ ਹਾਂ, ਬਟ ਦਸਤਾਰ ਦਾ ਇੱਥੇ ਮਤਲਬ ਹੈ ਕਿ ਤੁਹਾਡਾ ਡਰੈਸਅਪ ਹੋਣ ਦਾ ਤਰੀਕਾ ਇੰਨਾ ਵਧੀਆ ਹੋਵੇ, ਇੰਨਾ ਅਪੀਲਿੰਗ ਹੋਵੇ ਕਿ ਜੋ ਬੱਚਿਆਂ ਨੂੰ ਚੰਗਾ ਲੱਗੇ। ਸੋ ਜਿਹਨਾਂ ਅਧਿਆਪਕਾਂ ਦੇ ਵਿੱਚ 3 ਗੁਣ ਨੇ, ਉਹ ਆਪਣੇ ਆਪ ਨੂੰ ਵਧੀਆ ਢੰਗ ਦੇ ਨਾਲ ਬੱਚਿਆਂ ਦੇ ਸਾਹਮਣੇ ਪੇਸ਼ ਕਰ ਸਕਦੇ। ਇੱਕ ਜੋ ਸਮੇਂ 'ਚ ਅਸੀਂ ਦੇਖਦੇ ਹਾਂ ਕਿ ਥੋੜ੍ਹੀ ਜਿਹੀ ਘਾਟ ਹੋ ਰਹੀ ਹੈ ਨੈਤਿਕ ਕਦਰਾਂ ਕੀਮਤਾਂ ਦੀ, ਮੋਰਲ ਵੈਲਿਊਜ਼ ਦੀ। ਮੈਂ ਖੁਦ ਵੀ ਕਈ ਵਾਰੀ ਇਹ ਸੋਚਦਾ ਹੁੰਦਾ ਗੱਲ ਕਿ ਬੇਸ਼ੱਕ ਸਾਡੇ ਬੱਚੇ ਜੋ ਸਕੂਲਾਂ ਦੇ ਵਿੱਚ ਨੇ, ਸਾਡੀ ਗੱਲ ਬਹੁਤ ਧਿਆਨ ਨਾਲ ਸੁਣਦੇ ਨੇ। 35-40 ਮਿੰਟ ਦੇ ਲੈਕਚਰ ਦੇ ਵਿੱਚ ਜੇ ਅਸੀਂ ਇਹਨਾਂ 'ਤੇ ਗੱਲ ਕਰੀਏ, ਸੁਣੀ ਜਾਂਦੇ ਨੇ। ਪਰ ਮੈਂ ਫਿਰ ਉਹ ਗੱਲ ਕਹਿੰਦਾ ਕਿ ਸਾਡੇ ਕੋਲ ਕਦਰਾਂ ਕੀਮਤਾਂ ਦੀਆਂ ਗੱਲਾਂ ਬਹੁਤ ਨੇ, ਪਰ ਰੋਜ਼ਾਨਾ, ਕਿਉਂਕਿ ਅਸੀਂ ਉਹਨਾਂ ਦੇ ਨਾਲ ਵਿਚਰਦੇ ਹਾਂ, ਪੜ੍ਹਾਉਂਦੇ ਹੋਏ ਵੀ ਅਸੀਂ ਉਹਨਾਂ ਕਦਰਾਂ ਕੀਮਤਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਾਂ, ਸੋ ਸਾਡੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਰਿਪੀਟ ਹੁੰਦੀਆਂ ਨੇ। ਰੈਪੀਟੀਸ਼ਨ ਦੇ ਨਾਲ ਬੱਚਿਆਂ ਨੂੰ ਉਹ ਥੋੜ੍ਹਾ ਉਕਤਾ ਜੇ ਜਾਂਦੇ ਆ, ਬੱਚੇ ਅੱਕਦੇ ਆ। ਉਹਨਾਂ ਹੀ ਕਦਰਾਂ ਕੀਮਤਾਂ ਨੂੰ ਜਦੋਂ ਤੁਸੀਂ ਸਕੂਲਾਂ ਦੇ ਵਿੱਚ ਜਾ ਕੇ ਆਪਣੇ ਸ਼ਬਦਾਂ ਦੇ ਨਾਲ, ਆਪਣੇ ਤਰੀਕੇ ਦੇ ਨਾਲ ਕਰੋਗੇ, ਤਾਂ ਬੱਚੇ ਬਹੁਤ ਇੰਪ੍ਰੈਸ ਹੁੰਦੇ ਨੇ। ਮੈਂ, ਕਿਉਂਕਿ ਕਾਫੀ ਸਮਾਂ ਦਫ਼ਤਰ ਦੇ ਵਿੱਚ ਚਲਾ ਗਿਆ ਸੀ, ਇਸ ਕਰਕੇ ਥੋੜ੍ਹਾ ਡੀਲਿੰਕ ਤਾਂ ਨਹੀਂ ਮੈਂ ਕਹਿੰਦਾ, ਪਰ ਇੱਕ ਸੰਸਥਾ ਤੋਂ ਡੀਲਿੰਕ ਜ਼ਰੂਰ ਬੰਦਾ ਹੋ ਜਾਂਦਾ, ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਜੁੜਦਾ ਵੀ ਹੈ। ਮੈਂ ਲਾਸਟ ਈਅਰ ਦੀ ਗੱਲ ਦੱਸਦਾ ਕਿ ਸਾਡੇ ਕੋਲ ਬੱਚੇ ਸੰਗਰੂਰ ਬਰਨਾਲਾ ਤੋਂ ਆਏ ਸੀ ਟੀਚਿੰਗ ਪ੍ਰੈਕਟਿਸ ਲਈ। ਉਹ ਸਾਡੇ ਕੋਲ ਲਵਪ੍ਰੀਤ ਸਿੰਘ ਸੀ ਬੱਚਾ ਇੱਕ, ਮੈਂ ਡਿਟੇਲ ਨਹੀਂ ਬਹੁਤੀ ਚ ਨਹੀਂ ਗੱਲ ਕਰਦਾ, ਮੈਂ ਤੁਹਾਨੂੰ ਉਹਦੀ ਗੱਲ ਦੱਸਦਾ ਕਿ ਉਹ ਬੱਚਾ ਸਾਡੇ ਕੋਲ 18 ਕੁ ਦਿਨ ਲਾ ਕੇ ਗਿਆ, ਪਰ ਉਹ 18 ਦਿਨਾਂ ਦੇ ਵਿੱਚ ਹੀ ਸਾਡੇ ਬੱਚਿਆਂ ਦੇ ਵਿੱਚ ਇੰਨਾ ਮਿਕਸਅਪ ਹੋ ਗਿਆ ਕਿ 4 ਬੱਚੇ ਹੋਰ ਸੀਗੇ ਨਾਲ,
ਉਹ ਚਾਰ ਬੱਚਿਆਂ ਦਾ ਨਾਂ ਸਾਡੇ ਜਿਹੜੇ ਬੱਚੇ ਨੇ ਉਹ ਬਾਅਦ ਚ ਲੈਂਦੇ ਨੇ ਤੇ ਉਹ ਲਵਪ੍ਰੀਤ ਸਿੰਘ ਦਾ ਨਾਂ ਜਿਹੜਾ ਉਹ ਪਹਿਲਾਂ ਲੈਂਦੇ ਉਹ ਬੜਾ ਗੁਰਸਿੱਖ ਬੱਚਾ ਤੇ ਬਹੁਤ ਹੀ ਵਧੀਆ ਸਟੇਜ ਦਾ ਧਨੀ ਤੇ ਮਾਰਨਿੰਗ ਅਸੈਂਬਲੀ ਦੇ ਵਿੱਚ ਉਹਨੇ ਹਰ ਰੋਜ਼ ਟਾਈਮ ਲੈਣ ਦਾ ਯਤਨ ਕਰਨਾ ਜੇ ਮੈਂ ਟਾਈਮ ਲੈਣ ਦੀ ਗੱਲ ਤੋਂ ਕਹਾਂ ਕਿ ਟਾਈਮ ਖੋਣ ਦਾ ਯਤਨ ਕਰਨਾ ਤਾਂ ਮੈਨੂੰ ਲੱਗਦਾ ਜ਼ਿਆਦਾ ਹੋਊਗੀ ਗੱਲ ਵਧੀਆ ਕਿ ਉਹ ਚਾਹੁੰਦਾ ਸੀ ਕਿ ਮੈਨੂੰ ਰੋਜ਼ ਚਾਹੇ 5 ਮਿੰਟ ਮਿਲ ਜਾਣ 3 ਮਿੰਟ ਮਿਲ ਜਾਣ ਹਰ ਰੋਜ਼ ਮਾਰਨਿੰਗ ਅਸੈਂਬਲੀ ਚ ਸਟੇਜ ਦੇ ਉੱਤੇ ਚੜ੍ਹਨ ਦਾ ਯਤਨ ਕਰਦਾ ਸੀ ਤੇ ਕਰੀਬ ਅਸੀਂ ਰੋਜ਼ ਤਾਂ ਨਹੀਂ ਸਮਾਂ ਦਿੰਦੇ ਸੀ ਹਰ ਇੱਕ ਅਲਟਰਨੇਟ ਦੇ ਦੇ ਉੱਤੇ ਅਸੀਂ ਸਮਾਂ ਦਿੰਦੇ ਸੀ ਤੇ 5 ਮਿੰਟ ਦੀ ਬਜਾਏ ਅਸੀਂ 7 ਮਿੰਟ ਦੇ ਦਿੰਦੇ ਸੀ ਤੇ ਬਹੁਤ ਵਧੀਆ ਬੋਲਦਾ ਸੀ ਤੇ ਉਹ ਉਹਨੇ 18 ਕੁ ਦਿਨਾਂ ਦੇ ਵਿੱਚ ਉਹ ਸਾਡੇ ਬੱਚਿਆਂ ਦੇ ਲਈ ਇੱਕ ਸਦੀਵੀ ਯਾਦ ਜੇ ਮੈਂ ਕਹਾਂ ਕਿ ਬਣ ਗਿਆ ਹੈ ਬੱਚਾ ਅੱਜ ਜਦੋਂ ਉਹ ਟੀਚਰ ਬਣ ਕੇ ਕਿਤੇ ਸਾਡੀ ਸੰਸਥਾ ਦੇ ਵਿੱਚ ਆਇਆ ਤਾਂ ਬੇਸ਼ੱਕ ਇਹ ਬੱਚੇ ਨਹੀਂ ਹੋਣਗੇ ਪਰ ਜਿਹੜੇ ਗਾਂਹ ਵਾਲੀਆਂ ਜਨਰੇਸ਼ਨਾਂ ਹੋਣਗੀਆਂ ਗਾਂਹ ਵਾਲੇ ਬੱਚੇ ਹੋਣਗੇ ਉਹਨਾਂ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਉਸੇ ਤਰ੍ਹਾਂ ਜਦੋਂ ਆ ਕੇ ਵਿਚਰੇਗਾ ਤੇ ਉਹਨਾਂ ਬੱਚਿਆਂ ਦੇ ਮਨ ਦੇ ਵਿੱਚ ਵੀ ਯਾਦ ਬਣੂਗਾ ਉਹਨਾਂ ਦੇ ਵੀ ਮਾਰਗਦਰਸ਼ਕ ਬਣੂਗਾ ਸੋ ਇਹ ਕੁਛ ਗੱਲਾਂ ਮੇਰੇ ਮਾਇੰਡ ਦੇ ਵਿੱਚ ਸੀ ਤੁਹਾਡੇ ਲਈ ਕਿ ਜਦੋਂ ਵੀ ਬੱਚੇ ਤੁਸੀਂ ਜਾਓ ਉਸ ਟਾਈਮ ਨੂੰ ਬਹੁਤ ਵਧੀਆ ਢੰਗ ਨਾਲ ਯੂਜ਼ ਕਰਿਓ ਪੂਰੇ ਪ੍ਰਿਪੇਅਰ ਹੋ ਕੇ ਜਾਇਓ ਬੱਚੇ ਅੱਜ ਕੱਲ੍ਹ ਬਹੁਤ ਤੇਜ਼ ਵੀ ਨੇ ਬਹੁਤ ਕੁਛ ਟੀਚਰ ਨੂੰ ਪੁੱਛਦੇ ਨੇ ਵੈਲ ਪ੍ਰਿਪੇਅਰਡ ਹੋ ਕੇ ਜਾਣਾ ਜੋ ਵੀ ਤੁਹਾਡਾ ਲੈਸਨ ਹੋਏਗਾ ਉਸ ਲੈਸਨ ਦੇ ਨਾਲ ਜੋ ਕੁਛ ਜੁੜੀਆਂ ਹੋਈਆਂ ਹੋਰ ਐਗਜ਼ਾਮਪਲਸ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਣਾ ਉਹਨਾਂ ਨੂੰ ਵੀ ਬੱਚਿਆਂ ਨਾਲ ਸਾਂਝੀਆਂ ਕਰਨਾ ਹੈ ਤੇ ਹਰ ਇੱਕ ਉਹ ਸਕਿੱਲ ਜੋ ਤੁਹਾਡੇ ਵਿੱਚ ਪਰਮਾਤਮਾ ਵੱਲੋਂ ਦਿੱਤੀ ਗਈ ਹੈ ਜੋ ਪਰਮਾਤਮਾ ਨੇ ਪ੍ਰੋਡਿਊਸ ਕੀਤੀ ਹੈ ਉਸ ਸਕਿੱਲ ਨੂੰ ਜ਼ਰੂਰ ਬੱਚਿਆਂ ਦੇ ਨਾਲ ਸਾਂਝਾ ਕਰੋ ਤਾਂ ਕਿ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਉਹ ਵੀ ਤੁਹਾਡੇ ਉਸ ਗਿਆਨ ਦਾ ਫਾਇਦਾ ਲੈ ਸਕਣ ਸੋ ਇੰਨੀਆਂ ਕੁ ਹੀ ਗੱਲਾਂ ਮੇਰੇ ਮਾਇੰਡ ਸੀ ਤੁਹਾਡੇ ਵਿੱਚੋਂ ਜੇਕਰ ਕੋਈ ਮੇਰੇ ਨਾਲ ਕੋਈ ਗੱਲ ਕਰਨੀ ਚਾਹੁੰਦਾ ਹੈ ਤਾਂ ਮੈਂ ਸਾਡੇ ਸਤਿਕਾਰਯੋਗ ਪ੍ਰੋਫੈਸਰ ਰਸਪਾਲ ਸਿੰਘ ਜੀ ਨੂੰ ਬੇਨਤੀ ਕਰਦਾ ਵੀ ਜੇ ਕੋਈ ਬੱਚਾ ਕੋਈ ਗੱਲ ਕਰਨੀ ਚਾਹੁੰਦਾ ਤੇ ਜੇ ਆਪਣੇ ਸ਼ਡਿਊਲ ਦੇ ਵਿੱਚ ਹੈ ਤਾਂ ਜ਼ਰੂਰ ਕਰ ਲਵੇ ਨਹੀਂ ਅਦਰਵਾਈਜ਼ ਆਪਾਂ ਇਸ ਨੂੰ ਸਮੇਟਦੇ ਹਾਂ ਥੈਂਕ ਯੂ ਵੈਰੀ ਮੱਚ ਬਿਲਕੁਲ ਸਰ ਮੈਂ ਚੈਟ ਬਾਕਸ ਦੇ ਵਿੱਚ ਵੀ ਲਿਖਿਆ ਸੀਗਾ ਕਿ ਜਿਹੜੇ ਵਿਦਿਆਰਥੀ ਆਪਣਾ ਕੋਈ ਕਿਸੇ ਕਿਸਮ ਦਾ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਨੇ ਜਾਂ ਕੋਈ ਡਿਸਕਸ਼ਨ ਕਰਨੀ ਚਾਹੁੰਦੇ ਨੇ ਤੇ ਇਹ ਸਰ ਰੋਜ਼ ਦਾ ਹੀ ਨਿੱਤ ਦਾ ਹੀ ਫੀਚਰ ਆ ਕਿ ਬਾਅਦ ਦੇ ਵਿੱਚ 5-7 ਮਿੰਟ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਨੇ ਤੇ ਉਸ ਟਾਈਮ ਤੇ ਉਹ ਆਪਣਾ ਕੀ ਕਹਿੰਦੇ ਗੱਲ ਕਰ ਸਕਦੇ ਨੇ ਡਾਕਟਰ ਪ੍ਰਗਟ ਸਿੰਘ ਗਰਚਾ ਜੀ ਨੇ ਹੈਂਡ ਰੇਜ਼ ਕੀਤਾ ਹਾਂਜੀ ਸਰ ਤੁਸੀਂ ਮਿਊਟ ਕਰ ਸਕਦੇ ਹੋ ਅਨਮਿਊਟ ਕਰ ਸਕਦੇ ਹੋ ਸੋਰੀ ਜਿੰਨਾ ਵੀ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ ਅਲੂਮਨਾਈ ਐਸੋਸੀਏਸ਼ਨ ਤੋ ਅੱਜ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਡੇ ਨਾਲ ਜੁੜੇ ਨੇ ਸਾਡੇ ਅਲੂਮਨਾਈ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਸਰ ਸੋ ਸਰ ਤੁਹਾਡੀ ਰਹਿਨੁਮਾਈ 'ਚ ਇਹ 14-15 ਦਿਨ ਦਾ ਲੰਬਾ ਪ੍ਰੋਗਰਾਮ ਚੱਲ ਰਿਹਾ ਬੱਚਿਆਂ ਵਾਸਤੇ ਸੋ ਅਸੀਂ ਇਹ ਸੋਚਿਆ ਸੀ ਕਿ ਜਿੰਨਾ ਵਧੀਆ ਤਰੀਕੇ ਨਾਲ ਸਾਡੇ ਅਲੂਮਨਾਈ ਬੱਚਿਆਂ ਨੂੰ ਦੱਸ ਸਕਦੇ ਨੇ ਸ਼ਾਇਦ ਅਸੀਂ ਵੀ ਉਨੇ ਕਾਬਲ ਨਾ ਹੋਈਏ ਕਿਉਂਕਿ ਜਿਹੜੀਆਂ ਸਕੂਲ ਦੀਆਂ ਗਤੀਵਿਧੀਆਂ ਨੇ ਉਹਨਾਂ ਨਾਲੋਂ ਅਸੀਂ ਵੀ ਕੁਝ ਦੇਰ ਲਈ ਟੁੱਟ ਜਾਂਦੇ ਹਾਂ ਤੇ ਸਾਰੇ ਹੀ ਜਿੰਨੇ ਵੀ ਰਿਸੋਰਸ ਪਰਸਨ ਨੇ ਹੁਣ ਤੱਕ ਬੱਚਿਆਂ ਨਾਲ ਚਰਚਾ ਕੀਤੀ ਹੈ ਮੈਂ ਖੁਦ ਬਹੁਤੇ ਸੈਸ਼ਨ ਦੇ ਵਿੱਚ ਸ਼ਾਮਿਲ ਰਿਹਾ ਮੈਨੂੰ ਲੱਗਦਾ ਕਿ ਇਹੋ ਜਿਹੀਆਂ ਬਰੀਕੀ ਵਾਲੀਆਂ ਗੱਲਾਂ ਤੇ ਇੱਦਾਂ ਦੀਆਂ ਡੀਪ ਜਿਹੜੀਆਂ ਗੱਲਾਂ ਨੇ ਉਹ ਕਿਤਾਬਾਂ ਚੋਂ ਨਹੀਂ ਪੜ੍ਹੀਆਂ ਜਾ ਸਕਦੀਆਂ ਜਿਸ ਤਰ੍ਹਾਂ ਤੁਸੀਂ ਪਰਸਨੈਲਿਟੀ ਨੂੰ 3 ਸ਼ਬਦਾਂ ਦੇ ਵਿੱਚ ਸਮੇਟ ਕੇ ਉਹ ਕੁੱਜੇ ਨੂੰ ਸਮੁੰਦਰ ਦੇ ਵਿੱਚ ਭਰਨ ਵਾਲਾ ਕੰਮ ਹੁੰਦਾ ਸਮੁੰਦਰ ਨੂੰ ਕੁੱਜੇ ਦੇ ਵਿੱਚ ਭਰਨ ਵਾਲਾ ਕੰਮ ਹੁੰਦਾ ਉਹ ਤੁਸੀਂ ਕੀਤਾ ਚਾਹੇ ਅਸੀਂ 16 PF ਦੀ ਗੱਲ ਕਰੀਏ ਪਰਸਨੈਲਿਟੀ ਫੈਕਟਰਸ ਦੀ ਲੇਕਿਨ ਤੁਸੀਂ 3 ਫੈਕਟਰਸ ਦੇ ਨਾਲ ਹੀ ਪੂਰੇ ਸਮੁੰਦਰ ਨੂੰ ਇੱਕ ਛੋਟੀ ਜਗ੍ਹਾ ਦੇ ਵਿੱਚ ਬੰਦ ਕੀਤਾ ਸੋ ਆਈ ਥਿੰਕ ਬੱਚਿਆਂ ਵਾਸਤੇ ਇਹ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹੋਏਗਾ
ਜਿਹੜੇ ਅਗਲੇ ਸੈਸ਼ਨ ਹੋਣਗੇ ਤੇ ਅਸੀਂ ਰਿਕੁਐਸਟ ਵੀ ਕਰਦੇ ਹਾਂ ਬੱਚਿਆਂ ਨੂੰ ਕਿ ਤੁਸੀਂ ਇਹੋ ਜਿਹੜੇ ਮੌਕੇ ਨੇ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਕਿ ਕਿਉਂ ਬਾਅਦ ਦੇ ਵਿੱਚ ਸਕੂਲ ਦੇ ਵਿੱਚ ਜਾ ਕੇ ਤੁਹਾਨੂੰ ਇਹ ਗੱਲਾਂ ਕਰਨ ਦਾ ਸ਼ਾਇਦ ਮੌਕਾ ਨਾ ਮਿਲੇ। ਅੱਜ ਜਦੋਂ ਪ੍ਰਿੰਸੀਪਲ ਸੰਤੋਖ ਸਿੰਘ ਗਿੱਲ ਜੀ ਤੁਹਾਡੇ ਨਾਲ ਗੱਲ ਕਰ ਰਹੇ ਨੇ, ਉਹ ਐਜ਼ ਅ ਪ੍ਰਿੰਸੀਪਲ ਵੀ ਕੰਮ ਕਰ ਰਹੇ ਨੇ, ਐਜ਼ ਅ ਡਿਪਟੀ ਡੀਓ ਵੀ ਕੰਮ ਕਰ ਚੁੱਕੇ ਨੇ, ਸੋ ਇਹ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਨੇ। ਜਿੱਦਾਂ ਦੀਆਂ ਪ੍ਰੋਬਲਮ ਤੁਹਾਨੂੰ ਸਕੂਲ 'ਚ ਆਉਣੀਆਂ ਨੇ ਤੁਸੀਂ ਬੇਝਿਜਕ ਹੋ ਕੇ ਚੈਟ ਬਾਕਸ ਲਿਖ ਸਕਦੇ ਹੋ ਜਾਂ ਤੁਸੀਂ ਹੈਂਡ ਰੇਜ਼ ਕਰੋ, ਪ੍ਰੋਫੈਸਰ ਇਸ਼ਪਾਲ ਜੀ ਤੁਹਾਨੂੰ ਆਡੀਓ ਕੰਟਰੋਲ ਦੇ ਦੇਣਗੇ। ਸੋ ਵੀ ਐਕਸਪੈਕਟ ਅ ਲੋਟ ਇੰਟਰੈਕਸ਼ਨ ਫਰੋਮ ਯੂਅਰ ਸਾਈਡ। ਜੇ ਇਸ ਤੋਂ ਬਾਅਦ ਵੀ ਤੁਹਾਡੇ ਕੁਐਸਚਨ ਹੋਣਗੇ ਤੁਸੀਂ ਰਿਸ਼ਪਾਲ ਸਰ ਜੀ ਨੂੰ ਸੈਂਡ ਕਰੋਗੇ, ਉਹ ਤੁਹਾਡੇ ਸਵਾਲਾਂ ਦੇ ਉੱਤਰ ਲੱਭਣ ਦੀ ਕੋਸ਼ਿਸ਼ ਕਰਨਗੇ। ਲੇਕਿਨ ਹੁਣ ਤੁਹਾਡੇ ਨਾਲ ਜਿਸ ਤਰ੍ਹਾਂ ਇਸ ਟਾਈਮ ਪ੍ਰਿੰਸੀਪਲ ਸੰਤੋਖ ਸਿੰਘ ਜੀ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਨੇ, ਤਾਂ ਤੁਸੀਂ ਇਸ ਮੌਕੇ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹੋ। ਤੇ ਮੈਂ ਤਾਂ ਅੰਤ ਵਿੱਚ ਇਹੀ ਕਹਾਂਗਾ ਸਰ ਕਿ ਤੁਹਾਡੀ ਅਲੂਮਨਾਈ ਐਸੋਸੀਏਸ਼ਨ ਜਾਂ ਸਾਡੇ ਕਾਲਜ ਦੀ ਅਲੂਮਨਾਈ ਐਸੋਸੀਏਸ਼ਨ ਦਾ ਬਹੁਤ ਵੱਡਾ ਉਪਰਾਲਾ ਜੋ ਬੱਚਿਆਂ ਵਾਸਤੇ ਇਹ ਸਕਿੱਲ ਇਨਹਾਂਸਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਹਦੇ ਵਾਸਤੇ ਪ੍ਰੋਫੈਸਰ ਇਸ਼ਪਾਲ ਜੀ ਤੇ ਤੁਸੀਂ ਐਜ਼ ਅ ਪ੍ਰੈਜ਼ੀਡੈਂਟ ਵਧਾਈ ਦੇ ਪਾਤਰ ਹੋ ਜੀ, ਜੋ ਬੱਚਿਆਂ ਵਾਸਤੇ ਏਡਾ ਵੱਡਾ ਪ੍ਰਬੰਧ ਕੀਤਾ ਗਿਆ। ਥੈਂਕ ਯੂ ਸਰ, ਤੁਸੀਂ ਕੁਐਸਚਨਿੰਗ ਕੰਟੀਨਿਊ ਕਰ ਸਕਦੇ ਹੋ ਪਲੀਜ਼। ਹਾਂਜੀ ਬੇਟਾ, ਮੈਂ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ। ਵੈਸੇ ਸਾਰਾ ਕੁਛ ਤੁਹਾਡਾ ਬਤੌਰ ਮੋਢੀ ਹੋਣ ਦੇ ਨਾਤੇ ਤੇ ਸਾਰੇ ਸਟਾਫ ਮੈਂਬਰਸ ਜਿਹੜੇ ਨੇ ਉਹਨਾਂ ਦਾ ਸਾਥ, ਉਹਨਾਂ ਦਾ ਸਹਿਯੋਗ ਕਰਕੇ ਹੀ ਹੈ ਕਿ ਸਾਡੀ ਸੰਸਥਾ ਗਲੋਬਲ ਸੰਸਥਾ ਹੈ। ਇਹ ਅਸੀਂ ਇਹਨੂੰ ਰੀਜਨਲ ਸੰਸਥਾ ਨਹੀਂ ਕਹਿੰਦੇ ਕਿਉਂਕਿ ਇੱਥੋਂ ਦੇ ਪੜ੍ਹੇ ਹੋਏ ਬਹੁਤ ਗਲੋਬਲੀ ਹਰ ਇੱਕ ਦੇਸ਼ ਦੇ ਵਿੱਚ ਬੈਠੇ ਨੇ ਤੇ ਉੱਥੇ ਆਪਣਾ ਯੋਗਦਾਨ ਪਾ ਰਹੇ ਨੇ। ਇਸ ਸਾਰੇ ਕਾਸੇ ਨੂੰ ਤੁਸੀਂ ਜੋ ਕੰਟੀਨਿਊ ਰੱਖਿਆ ਹੈ ਇਸ ਦੇ ਲਈ ਤੁਸੀਂ ਸਾਰੇ ਬਹੁਤ ਵਧਾਈ ਦੇ ਪਾਤਰ ਹੋ। ਬਹੁਤ ਬਹੁਤ ਮੁਬਾਰਕਾਂ ਇਸ ਗੱਲ ਦੀਆਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਪੁੱਛਣਾ ਸੀਗਾ, ਮੈਂ ਕਿਹਾ ਵੀ ਜਿੱਦਾਂ ਆਪਾਂ ਆਪਣੇ ਹਨਾ ਸਬਜੈਕਟ ਦੇ ਵਿੱਚ ਤਾਂ ਆਪਾਂ ਪੂਰੀ ਨੌਲੇਜ ਹੁੰਦੀ ਆ ਆਪਾਂ ਨੂੰ, ਤੇ ਕਈ ਵਾਰ ਏਦਾਂ ਹੁੰਦਾ ਵੀ ਆਪਣੀ ਕਈ ਵਾਰ ਕਿਸੇ ਕਲਾਸ ਦੇ ਵਿੱਚ ਐਡਜਸਟਮੈਂਟ ਲੱਗ ਜਾਂਦੀ ਆ ਵੀ ਆਪਾਂ ਕਿਸੇ ਹੋਰ ਟੀਚਰ ਦਾ ਮਤਲਬ ਉਹ ਲੈਣੇ ਹੁੰਦੇ ਆ, ਤੇ ਬੱਚਾ ਉਸ ਸਬਜੈਕਟ ਬਾਰੇ ਕਈ ਵਾਰ ਪੁੱਛ ਲੈਂਦਾ ਵੀ ਮੈਂ ਮਾਂ ਵਾਲੀ ਚੀਜ਼ ਸਮਝਾ ਦਿਓ ਸਾਨੂੰ, ਤੇ ਬਟ ਉਸ ਟਾਈਮ ਆਪਾਂ ਨੂੰ ਕਈ ਵਾਰ ਏਦਾਂ ਹੁੰਦਾ ਵੀ ਉਸ ਟੋਪਿਕ ਬਾਰੇ ਕੋਈ ਨੌਲੇਜ ਨਹੀਂ ਹੁੰਦੀ, ਤਾਂ ਫਿਰ ਬੱਚੇ ਨੂੰ ਐਂ ਲੱਗਦਾ ਵੀ ਹਾਂ ਮੈਮ ਨੂੰ ਆ ਨਹੀਂ ਰਿਹਾ ਗਾ, ਤੇ ਉਸ ਟਾਈਮ ਮਤਲਬ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ? ਹਾਂ ਬਿਲਕੁਲ, ਬਹੁਤ ਵਧੀਆ ਤੁਹਾਡਾ ਸਵਾਲ ਹੈ। ਪਹਿਲੀ ਗੱਲ ਤਾਂ ਕੋਸ਼ਿਸ਼ ਸੰਸਥਾਵਾਂ ਕਰਦੀਆਂ ਨੇ ਕਿ ਜੋ ਤੁਹਾਡੇ ਸਬਜੈਕਟ ਨੇ ਉਹਦੇ ਅਕੋਰਡਿੰਗ ਹੀ ਤੁਹਾਨੂੰ ਟਾਈਮ ਟੇਬਲ ਦਿੱਤਾ ਜਾਵੇ। ਕਈ ਵਾਰ ਇੰਜ ਹੁੰਦਾ ਕਿ ਤੁਹਾਡਾ ਹੀ ਆਪਣਾ ਕੋਈ ਸਾਥੀ ਛੁੱਟੀ ਤੇ ਹੈ ਜਾਂ ਸਾਡਾ ਕੋਈ ਕੁਲੀਗ ਡਿਊਟੀ ਤੇ ਹੈ ਤਾਂ ਹੋਰ ਕਿਸੇ ਦਾ ਪੀਰੀਅਡ ਨਹੀਂ ਐਡਜਸਟ ਹੋ ਸਕਦਾ ਹੁੰਦਾ ਤਾਂ ਤੁਹਾਡਾ ਪੀਰੀਅਡ ਐਡਜਸਟ ਕਰ ਦਿੱਤਾ ਜਾਂਦਾ। ਉਸ ਸਮੇਂ ਕਲਾਸਰੂਮ ਦੇ ਵਿੱਚ ਜਾ ਕੇ ਸਭ ਤੋਂ ਬੈਸਟ ਵੇ ਹੁੰਦਾ ਕਿ ਤੁਸੀਂ ਜੋ ਤੁਹਾਡੀ ਸਬਜੈਕਟ ਦੀ ਵਿਸ਼ੇ ਦੀ ਗੱਲ ਹੈ ਉਹਨੂੰ ਛੱਡ ਦੇਣਾ। ਉਸ ਨੂੰ ਛੱਡ ਕੇ ਜਿੰਨੀਆਂ ਅਸੀਂ ਬਾਕੀ ਗੱਲਾਂ ਕੀਤੀਆਂ ਨੇ, ਮੋਰਲ ਵੈਲਿਊਜ਼ ਦੀਆਂ ਗੱਲਾਂ ਕੀਤੀਆਂ ਨੇ, ਕਦਰਾਂ ਕੀਮਤਾਂ ਦੀਆਂ ਗੱਲਾਂ ਕੀਤੀਆਂ ਨੇ, ਬੈਸਟ ਐਗਜ਼ਾਮਪਲਸ ਦੀਆਂ ਗੱਲਾਂ ਕੀਤੀਆਂ ਨੇ, ਸੁਸਾਇਟੀ ਦੀਆਂ ਪ੍ਰੈਜੈਂਟ ਸਿਨੈਰੀਓ ਕੀ ਹੈ, ਸਾਡੀ ਸੁਸਾਇਟੀ ਦਾ ਕੀ ਅੱਜ ਤੋਂ ਪਹਿਲਾਂ ਸੀ, ਕੀ ਅੱਜ ਹੈ ਤੇ ਕੀ ਕੱਲ ਨੂੰ ਹੋਊਗਾ, ਅਜਿਹਾ ਗਿਆਨ ਜੋ ਤੁਹਾਡਾ ਆਪਣਾ ਪਰਸਨਲ ਗਿਆਨ ਹੈ, ਲਾਈਫ ਦਾ ਜੋ ਨਿਚੋੜ ਹੈ, ਉਸ ਨੂੰ ਪੋਜ਼ਿਟਿਵ ਵੇ ਨਾਲ ਜਾਂਦਿਆਂ ਸਾਰ ਤੁਸੀਂ ਬੱਚਿਆਂ ਦੇ ਨਾਲ ਗੱਲ ਕਰਨੀ ਸ਼ੁਰੂ ਕਰ ਦਿਓ। ਤਾਂ ਇੱਕ ਇਹ ਵੀ ਬੜਾ ਐਕਸਪੀਰੀਅੰਸ ਹੈ ਕਿ ਬੱਚੇ ਸਬਜੈਕਟ ਨੂੰ ਪੜ੍ਹ ਪੜ੍ਹ ਕੇ ਕਈ ਵਾਰੀ ਉਕਤਾਏ ਵੀ ਹੁੰਦੇ ਨੇ, ਅੱਕੇ ਜਿਹੇ ਵੀ ਪਏ ਹੁੰਦੇ ਨੇ, ਤੇ ਜਦੋਂ ਅਸੀਂ ਨਵੀਂ ਗੱਲ ਜਾ ਕੇ ਬੱਚਿਆਂ ਦੇ ਨਾਲ ਸਾਂਝੀ ਕਰਾਂਗੇ ਆਪਣੇ ਜ਼ਿੰਦਗੀ ਦੇ ਤਜਰਬਿਆਂ ਦੀ, ਉਸ ਗਿਆਨ ਦੀ ਜਿਹੜਾ ਉਹਨਾਂ ਬੱਚਿਆਂ ਨੂੰ ਐਂ ਲੱਗੂਗਾ ਵੀ ਸਾਡੇ ਲਈ ਬਹੁਤ ਵਧੀਆ ਗੱਲਾਂ ਕਰਕੇ ਗਏ ਨੇ ਮੈਡਮ, ਇਸ ਕਰਕੇ ਸਾਨੂੰ ਇੱਧਰ ਨੂੰ ਵੀ ਚੱਲਣਾ ਚਾਹੀਦਾ, ਸੋ ਵਿਸ਼ੇ ਦੀ ਗੱਲ ਨਹੀਂ ਕਰਨਗੇ। ਸੈਕਿੰਡਲੀ, ਇਨ ਕੇਸ ਤੁਸੀਂ ਬੱਚੇ ਨੇ ਕਿਸੇ ਨੇ ਕੋਈ ਰੇਜ਼ ਵੀ ਕਰਤਾ, ਕਿਸੇ ਤਰ੍ਹਾਂ ਦਾ ਕੋਈ ਕੁਐਸਚਨ ਰੇਜ਼ ਕਰਤਾ, ਨੋ ਡਾਊਟ
ਜਿਨ੍ਹਾਂ ਬੱਚਿਆਂ ਨੂੰ ਅਸੀਂ ਸ਼ਰਾਰਤੀ ਬੱਚੇ ਕਹਿ ਦਿੰਦੇ ਆ ਨਾ, ਉਹ ਬੜੇ ਇੰਟੈਲੀਜੈਂਟ ਹੁੰਦੇ ਨੇ। ਤੇ ਕਈ ਵਾਰੀ ਅਜਿਹੀਆਂ ਗੱਲਾਂ ਆਉਂਦੀਆਂ ਨੇ ਕਿ ਜਿਹੜੇ ਬੱਚੇ ਟੀਚਿੰਗ ਪ੍ਰੈਕਟਿਸ ਤੇ ਗਏ ਹੁੰਦੇ ਨੇ ਉਹਨਾਂ ਨੂੰ ਉਹ ਅਜਿਹੇ ਸਵਾਲ ਕਰ ਦਿੰਦੇ ਨੇ, ਕਰਦੇ ਵੀ ਨੇ। ਤਾਂ ਬੈਸਟ ਵੀ ਹੈ, ਇਹਦੇ ਚ ਕੋਈ ਝਿਜਕਟਾ ਨਹੀਂ ਚਾਹੀਦੀ। ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਕਿ ਮੈਂ ਸਾਇੰਸ ਗ੍ਰੈਜੂਏਟ ਸਟੂਡੈਂਟ ਹਾਂ, ਸਾਇੰਸ ਪੋਸਟ ਗ੍ਰੈਜੂਏਟ ਹੈਗਾ। ਜੇ ਮੈਨੂੰ ਕੋਈ ਅਕਬਰ ਦੀਆਂ ਗੱਲਾਂ, ਔਰੰਗਜ਼ੇਬ ਦੀਆਂ ਗੱਲਾਂ ਤੇ ਇਹੋ ਜਿਹਾ ਕੁਛ ਪੁੱਛਣ ਲੱਗ ਜੂਗਾ ਹਿਸਟਰੀ ਦਾ, ਤਾਂ ਨੈਚੁਰਲ ਹੈ ਕਿ ਮੈਨੂੰ ਨਹੀਂ ਪਤਾ, ਮੈਂ ਪੜ੍ਹਿਆ ਹੀ ਨਹੀਂ ਹੈ ਜਦੋਂ। ਸੋ ਉਸ ਸਮੇਂ ਇਸ ਗੱਲ ਨੂੰ ਦੱਸਣ ਦਾ ਵੀ ਕੋਈ ਨਹੀਂ ਹੁੰਦਾ ਹਰਜ ਕਿ ਬੱਚਿਓ ਜਿੱਦਾਂ ਤੁਹਾਨੂੰ ਤੁਹਾਡੇ ਸਕੂਲ ਦੇ ਵਿੱਚ ਅੱਠ ਅਧਿਆਪਕ ਅੱਠ ਵਿਸ਼ਿਆਂ ਨੂੰ ਪੜ੍ਹਾ ਰਹੇ ਨੇ, ਤੇ ਤੁਸੀਂ ਜਿਹੜੀ ਅੰਗਰੇਜ਼ੀ ਦੀ ਗੱਲ ਪੁੱਛਣੀ ਹੈ ਤਾਂ ਅੰਗਰੇਜ਼ੀ ਵਾਲੇ ਸਰ ਜਾਂ ਮੈਡਮ ਨੂੰ ਪੁੱਛਦੇ ਹੋ, ਜੇ ਸਾਇੰਸ ਦੀ ਗੱਲ ਪੁੱਛਣੀ ਹੈ ਤਾਂ ਸਾਇੰਸ ਵਾਲੇ ਸਰ ਜਾਂ ਮੈਡਮ ਨੂੰ ਪੁੱਛਦੇ ਆ। ਤੇ ਤੁਸੀਂ ਇਸ ਸਬਜੈਕਟ ਦੀ ਜਿਹੜੀ ਗੱਲ ਹੈ, ਤੁਸੀਂ ਵਧੀਆ ਗੱਲ ਹੋਊਗੀ ਕਿ ਉਹਨਾਂ ਨੂੰ ਪੁੱਛੋ ਤਾਂ ਤੁਹਾਨੂੰ ਉਹ ਪੂਰੀ ਡੂੰਘਾਈ ਤੱਕ ਕਲੀਅਰ ਕਰ ਦੇਣਗੇ। ਹਾਂ, ਜਿਹੜੀ ਕੋਈ ਮੇਰੇ ਵਿਸ਼ੇ ਦੀ ਗੱਲ ਹੈ, ਮੇਰਾ ਆਹ ਵਿਸ਼ਾ ਇਸ ਵਿਸ਼ੇ ਦੇ ਉੱਤੇ ਪੁੱਛਣਾ ਤਾਂ ਤੁਹਾਡੀ ਠੀਕ ਹੈ, ਜੇ ਨਹੀਂ ਪੁੱਛਣਾ ਤਾਂ ਜੋ ਮੇਰੇ ਕੋਲੇ ਗੱਲਾਂ ਬਾਤਾਂ ਨੇ ਤੁਹਾਡੇ ਨਾਲ ਕਰਨ ਵਾਲੀਆਂ ਉਹ ਆਪਾਂ ਅੱਜ ਸਾਂਝੀਆਂ ਕਰਦੇ ਹਾਂ। ਤਾਂ ਬੱਚੇ ਈਜ਼ੀਲੀ ਉੱਥੋਂ ਪਾਸੇ ਹੋ ਜਾਂਦੇ ਨੇ, ਉਸ ਗੱਲ ਨੂੰ ਛੱਡ ਦਿੰਦੇ ਨੇ, ਕੋਈ ਪ੍ਰੋਬਲਮ ਨਹੀਂ ਆਉਂਦੀ। ਰਿਸ਼ਪਾਲ ਜੀ, ਇੱਕ ਤੁਸੀਂ ਬੇਸ਼ੱਕ ਮੇਰਾ ਫੋਨ ਜਿਹੜਾ ਹੈ ਉਹ ਬੱਚਿਆਂ ਨੂੰ ਦੇ ਦਿਓ ਜੀ ਸਰ, ਕੋਈ ਪ੍ਰੋਬਲਮ ਨਹੀਂ। ਕਿਸੇ ਵੀ ਸਮੇਂ, ਹਾਂਜੀ, ਕਿਸੇ ਵੀ ਸਮੇਂ ਕੋਈ ਬੱਚੇ ਨੇ ਗੱਲ ਕਰਨੀ ਹੋਵੇ ਤਾਂ ਬੇਝਿਜਕ ਹੋ ਕੇ ਬੱਚਾ ਕਰ ਸਕਦਾ। ਮੈਂ WhatsApp ਗਰੁੱਪ ਜਿਹੜਾ ਕਾਲਜ ਦਾ ਬਣਿਆ ਹੋਇਆ ਸਾਡੇ ਨਾਲ ਵਿਦਿਆਰਥੀ ਦਾ, ਮੈਂ ਉਹਦੇ ਵਿੱਚ ਤੁਹਾਡਾ ਨੰਬਰ ਸ਼ੇਅਰ ਕਰ ਦਾਂਗਾ। ਬਿਲਕੁਲ, ਬਹੁਤ ਰਿਸ਼ਪਾਲ ਜੀ, ਇੱਕ ਬੱਚੇ ਨਾਲ ਇਹ ਵੀ ਸਾਂਝਾ ਕਰ ਦਿਓ ਕਿ ਸਰ ਜ਼ਿਲ੍ਹਾ ਗਾਈਡੈਂਸ ਅਫਸਰ ਲੁਧਿਆਣਾ ਤੋਂ ਜ਼ਿਲ੍ਹਾ ਗਾਈਡੈਂਸ ਅਫਸਰ ਵੀ ਰਹੇ ਨੇ, ਤੋ ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਤੁਸੀਂ ਕਿਸੇ ਵੀ ਟਾਈਮ ਸਰ ਕੋਲੋਂ ਲੈ ਸਕਦੇ ਹੋ। ਸਰ ਕੋਲੇ ਬੜਾ ਖਜ਼ਾਨਾ ਪਿਆ ਇਹਨਾਂ ਸਾਰੀਆਂ ਚੀਜ਼ਾਂ ਦਾ, ਸੋ ਤੁਸੀਂ ਜਿੰਨਾ ਚਾਹੋ, ਤੁਹਾਡੇ ਆਪਣੇ ਨੇ ਸਰ, ਜਦੋਂ ਮਰਜ਼ੀ ਤੁਸੀਂ ਉਹ ਖਜ਼ਾਨਾ ਲੈ ਸਕਦੇ ਹੋ। ਜੀ ਜੀ, ਮੈਂ ਡਾਕਟਰ ਸਾਹਿਬ ਪਹਿਲਾਂ ਦੋ ਗੱਲਾਂ ਨਾਲ ਸ਼ੇਅਰ ਕਰ ਚੁੱਕਾ ਕਿ ਸਰ ਗਾਈਡੈਂਸ ਐਂਡ ਕਾਉਂਸਲਰ ਵੀ ਰਹਿ ਚੁੱਕੇ ਨੇ ਡਿਸਟ੍ਰਿਕਟ ਦੇ, ਔਰ ਨਾਲ ਦੀ ਨਾਲ ਸਰ ਡਿਸਟ੍ਰਿਕਟ ਸਾਇੰਸ ਸੁਪਰਵਾਈਜ਼ਰ ਵੀ ਰਹਿ ਚੁੱਕੇ ਨੇ। ਹਾਂਜੀ ਬਿਲਕੁਲ ਬਿਲਕੁਲ, ਦੋ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਬੱਚਿਆਂ ਵਾਸਤੇ, ਦੋਨੋਂ ਵੈਰੀ ਗੁੱਡ। ਬੜਾ ਧੰਨਵਾਦ ਤੁਹਾਡਾ, ਤੁਸੀਂ ਚਾਰ ਪੰਜ ਗੱਲਾਂ ਬੜੀਆਂ ਹੀ ਦਿਲ ਨੂੰ ਛੂਹਣ ਵਾਲੀਆਂ ਕੀਤੀਆਂ। ਤੁਸੀਂ ਜਿਹੜਾ ਸਮੇਂ ਦੇ ਹਿਸਾਬ ਨਾਲ ਬਦਲਾਅ ਦੀ ਗੱਲ ਕੀਤੀ ਆ, ਉਹ ਬੜੀ ਵਧੀਆ ਲੱਗੀ ਆ। ਤਾਂ ਅੱਜ ਵੀ ਅਸੀਂ ਸੋਚਦੇ ਹੁੰਦੇ ਹਾਂ ਕਿ ਜੇ ਇਹ ਕੋਰੋਨਾ ਪੀਰੀਅਡ ਨਾ ਆਉਂਦਾ, COVID-19 ਨਾ ਆਉਂਦਾ, ਤਾਂ ਸ਼ਾਇਦ ਜ਼ੂਮ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਜ਼ੂਮ ਐਪ ਹੁੰਦੀ ਆ ਜਾਂ ਗੂਗਲ ਐਪ ਹੁੰਦੀ ਆ ਜਾਂ ਮਾਈਕਰੋਸੋਫਟ ਟੀਮ ਹੁੰਦੀ ਆ। ਤਾਂ ਅੱਜ ਅਸੀਂ ਘਰੇ ਬੈਠੇ ਜਾਂ ਕਾਲਜ 'ਚ ਬੈਠੇ, ਡਿਊਟੀ 'ਤੇ ਬੈਠੇ, ਕਿਤੇ ਵੀ ਬੈਠੇ, ਕਿਸੇ ਤਰ੍ਹਾਂ ਦੇ ਵੀ ਵਿਚਾਰ ਸੁਣ ਸਕਦੇ ਹਾਂ। ਬੇਸ਼ੱਕ ਅੱਜ ਸਰਕਾਰਾਂ ਨੇ ਛੁੱਟੀ ਕਰ ਦਿੱਤੀ, ਸਕੂਲਾਂ ਦੇ ਵਿੱਚ ਤਾਂ ਛੁੱਟੀ ਨਹੀਂ ਸੀ, ਪਰ ਸਾਡੇ ਹਾਇਰ ਇੰਸਟੀਟਿਊਸ਼ਨ ਜਿਹੜੇ ਸੀ, ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਅੱਜ ਬੰਦ ਸੀ ਕਿ ਸ਼ਹੀਦ ਭਗਤ ਸਿੰਘ ਜੀ ਦਾ ਅੱਜ ਦਿਨ ਸੀ। ਅਤੇ ਸਾਡੇ ਕਾਲਜ ਵੱਲੋਂ ਡਾਕਟਰ ਪ੍ਰਗਟ ਸਿੰਘ ਜੀ ਦਾ ਬੜਾ ਅੱਛਾ ਇੱਕ ਉਪਰਾਲਾ ਸੀ ਕਿ ਡਾਕਟਰ ਜਗਵੰਤ ਸਿੰਘ ਜੀ ਨੇ ਸਵੇਰੇ ਅੱਜ ਅੱਧੇ ਘੰਟੇ ਦਾ ਇੱਕ ਕੀਨੋਟ ਐਡਰੈਸ ਦਿੱਤਾ, ਜਿਹਦੇ ਵਿੱਚ ਦੱਸਿਆ ਗਿਆ ਕਿ ਉਹ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਜੀਵਨ ਕਾਲ ਬਾਰੇ ਦੱਸਿਆ ਗਿਆ। ਤਾਂ ਇਹ ਬੜਾ ਵਧੀਆ ਹੋ ਜਾਂਦਾ ਕਿ ਤੁਸੀਂ ਕਿਤੇ ਵੀ ਬੈਠੇ, ਸਮੇਂ ਦੇ ਹਿਸਾਬ ਨਾਲ, ਬਦਲਾਅ ਦੇ ਨਾਲ, ਤੁਸੀਂ ਕਿਤੇ ਵੀ ਬੈਠ ਕੇ ਇਹ ਗੱਲਾਂ ਬਾਤਾਂ ਸੁਣ ਸਕਦੇ ਹੋ। ਜੋ ਤੁਹਾਡਾ ਇੰਟਰਸਟ ਦਾ ਏਰੀਆ ਹੈ, ਤੁਸੀਂ ਉਹਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ, ਤੁਸੀਂ ਉਸ ਤਰ੍ਹਾਂ ਦੀਆਂ ਮੀਟਿੰਗਸ ਜਿਹੜੀਆਂ ਨੇ ਉਹ ਜੁਆਇਨ ਕਰ ਸਕਦੇ ਹੋ। ਦੂਸਰੀ ਗੱਲ ਮੈਨੂੰ ਇਹ ਅੱਛੀ ਲੱਗੀ ਕਿ ਜਿੱਦਾਂ ਤੁਸੀਂ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਦਾ ਪਲੱਸ ਟੂ ਵਾਲੇ ਵਿਦਿਆਰਥੀਆਂ ਨਾਲੋਂ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ, ਇਹ ਉਹਨਾਂ ਤੋਂ 3 ਜਾਂ 4 ਸਾਲ ਸੀਨੀਅਰ ਹੁੰਦੇ ਨੇ। ਤਾਂ ਇਹ ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਬੜੇ ਅੱਛੇ ਤਰੀਕੇ ਨਾਲ ਸਮਝ ਸਕਦੇ ਨੇ, ਔਰ ਬੜੀ ਵਧੀਆ ਢੰਗ ਨਾਲ ਗਾਈਡ ਵੀ ਕਰ ਸਕਦੇ ਨੇ। ਜੋ ਗੱਲ ਫਰੈਂਡ ਫਿਲੋਸਫਰ ਗਾਈਡ ਦੀ ਹੁੰਦੀ ਹੈ, ਇੱਥੇ ਬੜੀ ਅੱਛੀ ਲੱਗਦੀ ਆ। ਤੇ ਜਿਸ ਤਰ੍ਹਾਂ ਪ੍ਰਗਟ ਸਰ ਨੇ ਵੀ ਦੱਸਿਆ ਸੀਗਾ ਕਿ ਤੁਸੀਂ ਪਰਸਨੈਲਿਟੀ ਦੀ ਡੈਫੀਨੇਸ਼ਨ ਜਿਹੜੀ ਆ 3 ਸ਼ਬਦਾਂ 'ਚ ਦੱਸੀ ਆ, ਰਫਤਾਰ, ਗੁਫਤਾਰ ਤੇ ਦਸਤਾਰ ਦੇ ਨਾਲ। ਮੇਰਾ ਖਿਆਲ ਤੁਸੀਂ ਉਹੀ ਗੱਲ ਕੀਤੀ ਕਿ ਇੱਕ ਸਮੁੰਦਰ ਨੂੰ ਕੁੱਜੇ ਦੇ ਵਿੱਚ ਹੀ ਸ਼ਾਮਿਲ ਕਰਕੇ ਰੱਖਤਾ, ਸਾਰੀਆਂ ਗੱਲਾਂ ਇਹਦੇ ਵਿੱਚ ਸਮੋ ਗਈਆਂ। ਤੇ ਦੂਸਰੀ ਗੱਲ ਜਿਹੜੀ ਗੱਲ ਕੀਤੀ ਸੀ ਕਿ ਪ੍ਰੈਜੈਂਟ ਐਗਜ਼ਾਮਪਲਸ ਜਿਹੜੀਆਂ ਦਿੱਤੀਆਂ ਜਾਣਗੀਆਂ, ਉਹਨਾਂ ਨਾਲ ਵਿਦਿਆਰਥੀ ਜ਼ਿਆਦਾ ਅੱਛੇ ਤਰੀਕੇ ਨਾਲ ਸਮਝਦੇ ਆ। ਹਰੇਕ ਟੀਚਰ, ਮੈਂ ਅੱਗੇ ਵੀ ਇਹ ਗੱਲ ਕਰਦਾ ਹੁੰਦਾ ਕਿ ਜਦੋਂ ਤੁਸੀਂ ਸਕੂਲਾਂ 'ਚ ਜਾਂਦੇ ਹੋ ਤਾਂ ਤੁਸੀਂ ਹਰ ਇੱਕ ਨੂੰ ਬੁਲਾਉਣਾ, ਉੱਥੇ ਪ੍ਰਿੰਸੀਪਲ ਸਰ ਤੋਂ ਅਲੱਗ, ਪੀਅਨਸ ਤੋਂ ਲੈ ਕੇ ਹਰੇਕ ਟੀਚਰ ਨੂੰ ਤੁਸੀਂ ਬੁਲਾਉਣਾ। ਬੁਲਾਉਣ ਦਾ ਮਤਲਬ ਇਕੱਲਾ ਇਹੀ ਨਹੀਂ ਹੁੰਦਾ ਕਿ ਬਸ ਸਤਿ ਸ਼੍ਰੀ ਅਕਾਲ ਕਹਿ ਦੇਣੀ, ਬੁਲਾਉਣ ਦਾ ਮਤਲਬ ਇਹ ਹੁੰਦਾ ਕਿ ਜੇ ਤੁਸੀਂ ਉਹਦੇ ਕੋਲ ਖੜੋਗੇ, ਰੁਕੋਗੇ,
ਤਾਂ ਤੁਹਾਡੇ ਨਾਲ ਉਹਨਾਂ ਦੀ ਇੰਟਰੈਕਸ਼ਨ ਵਧੂਗੀ। ਜੋ ਗੁਣ ਉਹਨਾਂ ਦੇ ਵਿੱਚ ਹੈਗੇ ਨੇ ਤੁਸੀਂ ਉਹਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋਗੇ। ਨੈਤਿਕ ਕਦਰਾਂ ਕੀਮਤਾਂ ਦੀ ਤੁਸੀਂ ਗੱਲ ਕੀਤੀ ਔਰ ਸਾਨੂੰ ਅੱਜ ਤੱਕ ਤਾਂ ਇਹੀ ਸੀਗਾ ਕਿ ਵੀ ਬੜੇ ਫਲਾਨਾ ਟੀਚਰ ਅੱਛਾ, ਪਰ ਜਿਵੇਂ ਤੁਸੀਂ ਹੁਣ ਦੱਸਿਆ ਕਿ ਤੁਹਾਨੂੰ ਵਿਦਿਆਰਥੀ ਵੀ ਯਾਦ ਰਹਿੰਦੇ ਨੇ ਕਿ ਜਿਹੜੇ ਟੀਚਿੰਗ ਪ੍ਰੈਕਟਿਸ ਦੇ ਵਿਦਿਆਰਥੀ ਆਏ ਸੀ ਉਹਨਾਂ 'ਚ ਵੀ ਗੁਣ ਹੁੰਦੇ ਨੇ। ਤੇ ਜਿੱਦਾਂ ਲਵਪ੍ਰੀਤ ਦੀ ਗੱਲ ਕੀਤੀ ਹੈ ਕਿ ਉਹ ਹਰ ਰੋਜ਼ ਹੀ ਕੋਸ਼ਿਸ਼ ਹੁੰਦੀ ਸੀਗੀ ਕਿ ਉਹ ਕੁਛ ਨਾ ਕੁਛ, ਅਗਰ ਦੇਖੋ ਉਸ ਵਿਦਿਆਰਥੀ ਕੋਲੇ ਕੋਈ ਗੁਣ ਹੈ ਤਾਂ ਹੀ ਉਹ ਵੰਡਣ ਦੀ ਕੋਸ਼ਿਸ਼ ਕਰੇਗਾ, ਤਾਂ ਹੀ ਸਟੇਜ 'ਤੇ ਅੱਗੇ ਆਏਗਾ। ਤੋਂ ਇੱਥੋਂ ਇੱਕ ਸੁਨੇਹਾ ਵੀ ਜਾਂਦਾ ਕਿ ਆਪਾਂ ਕੋਈ ਨਾ ਕੋਈ ਰੋਜ਼ ਕੁਛ ਨਾ ਕੁਛ ਜ਼ਰੂਰ ਸਿੱਖੀਏ ਤਾਂ ਜੋ ਆਪਾਂ ਜਿਹੜੇ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਆ, ਨਵੀਂ ਜਨਰੇਸ਼ਨ, ਉਹਨਾਂ ਨੂੰ ਦੇਈਏ। ਬਹੁਤ ਅੱਛਾ ਲੱਗਿਆ ਸਰ, ਬਹੁਤ ਬਹੁਤ ਧੰਨਵਾਦ ਇੱਕ ਵਾਰ ਜੀ ਐਚ ਜੀ ਖਾਲਸਾ ਕਾਲਜ ਆਫ ਐਜੂਕੇਸ਼ਨ ਦੀ ਪੂਰੀ ਟੀਮ ਵੱਲੋਂ, ਮੈਨੇਜਮੈਂਟ ਵੱਲੋਂ, ਪ੍ਰਿੰਸੀਪਲ ਸਰ ਵੱਲੋਂ, ਸਟਾਫ ਵੱਲੋਂ ਤੇ ਇਹਨਾਂ ਵਿਦਿਆਰਥੀ ਅਧਿਆਪਕਾਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਤੇ ਮੈਂ ਤੁਹਾਡਾ ਮੈਸੇਜ ਨੰਬਰ ਜਿਹੜਾ ਉਹ ਸ਼ੇਅਰ ਕਰ ਦਿਆਂਗਾ, ਔਰ ਜੇ ਵਿਦਿਆਰਥੀ ਨੇ ਕਿਸੇ ਨੇ ਵੀ ਕੁਛ ਪੁੱਛਣਾ ਤਾਂ ਉਹ ਪੁੱਛ ਵੀ ਸਕਦੇ ਨੇ। ਤੇ ਅਗਰ ਕਿਸੇ ਦੀ ਟੀਚਿੰਗ ਪ੍ਰੈਕਟਿਸ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਦੱਦਾ ਹੋਰ 'ਚ ਲੱਗ ਜਾਂਦੀ ਆ ਤਾਂ ਉਸ ਤੋਂ ਵੀ ਸੋਨੇ 'ਤੇ ਸੁਹਾਗਾ ਹੋਏਗਾ ਕਿ ਉਹ ਤੁਹਾਡੇ ਤੋਂ ਜਿਹੜਾ ਗਿਆਨ ਆ ਉਹ ਪ੍ਰਾਪਤ ਕਰ ਸਕਣਗੇ। ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸੁਪਾਲ ਸਿੰਘ ਜੀ। ਤੇ ਕਿਸੇ ਵੀ ਤਰ੍ਹਾਂ ਦੀ ਬੱਚੇ, ਮੇਰਾ ਇਹੀ ਨੰਬਰ ਹੈ, ਇਹਦੇ ਤੇ ਵਟਸਐਪ ਚੱਲਦਾ ਹੈ, ਕੋਈ ਬੱਚੇ ਵਟਸਐਪ ਰਾਹੀਂ ਵੀ ਪੁੱਛ ਸਕਦੇ ਨੇ, ਵੈਸੇ ਵੀ ਕਾਲ ਕਰਕੇ ਪੁੱਛ ਸਕਦੇ ਨੇ, ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਜੇ ਕੋਈ ਸਮੇਂ ਦੀ ਕੋਈ ਗੱਲ ਹੋਏਗੀ ਤਾਂ ਮੈਂ ਆਪਣੇ ਆਪ ਉਸ ਸਮੇਂ ਕੋਈ ਬਿਜ਼ੀ ਸ਼ਡਿਊਲ ਹੋਏਗਾ ਤਾਂ ਮੈਂ ਰਿਸਪੋਂਡ ਕਰ ਦਿਆਂਗਾ। ਤੁਹਾਡਾ ਮੈਨੇਜਮੈਂਟ ਦਾ, ਪ੍ਰਿੰਸੀਪਲ ਸਰ ਦਾ, ਸਮੁੱਚੇ ਸਟਾਫ ਦਾ, ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਕਰੇ ਇਸੇ ਤਰ੍ਹਾਂ ਮਿਲਦੇ ਰਹੀਏ, ਫਿਜ਼ੀਕਲੀ ਮਿਲ ਗਏ, ਕਾਫੀ ਦੇਰ ਹੋ ਗਈ ਮਿਲਿਆਂ ਨੂੰ। ਬਿਲਕੁਲ ਸਰ, ਅਸੀਂ ਤਾਂ ਆਪ ਚਾਹੁੰਦੇ ਹਾਂ ਕਿ ਕਦੋਂ ਇਹ ਤੁਹਾਡਾ ਜਿਹੜਾ ਖਤਮ ਹੋਵੇ। ਸਰ ਤੁਹਾਡਾ ਨੰਬਰ ਹੈ 8437400709। ਬਿਲਕੁਲ, ਹਾਂਜੀ ਜੀ, ਮੈਂ ਚੈਟ ਬਾਕਸ ਦੇ ਵਿੱਚ ਲਿਖ ਵੀ ਦਿੱਤਾ, ਵਿਦਿਆਰਥੀ ਨੋਟ ਵੀ ਇੱਥੋਂ ਵੀ ਕਰ ਸਕਦੇ ਨੇ, ਔਰ ਮੈਂ ਵਟਸਐਪ ਗਰੁੱਪ ਦੇ ਵਿੱਚ ਵੀ ਇਹਨੂੰ ਪਾ ਦਿਆਂਗਾ, ਤੇ ਤਾਂ ਕਿ ਸਾਰੇ ਵਿਦਿਆਰਥੀ ਫਿਰ ਵੀ ਤੁਹਾਨੂੰ ਫੋਨ ਕਰ ਸਕਦੇ ਨੇ। ਧੰਨਵਾਦ ਸਰ, ਧੰਨਵਾਦ ਜੀ, ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਸਰ।